رسول الله والذين معه أشداء على الكفار صدق الله خالق المولانا العظيم ونحن على ذلك لمن الشاهدين والشاكرين والحمد لله رب العالمين جزاك الله مہربانی شکریہ واجب الاحترام بزرگو عزیز بھائیو السلام علیکم ورحمۃ اللہ وبرکاتہ جس طرح کے گزشتہ کئی جمعہ تو نبی پاک صلی اللہ علیہ وسلم دے صحابہ کرام اور انہاں دا عشق مصطفیٰ صلی اللہ علیہ وآلہ وسلم میں تواڈے گوش گزار کر رہے ہاں. دعا ہے کہ اللہ تعالیٰ انہاں پاکاں دے طفیل اللہ سانوں عشق رسول عطا فرمائے. حضور دیاں نظراں مبارکہ دے اندر اور سرکار دو عالم صلی اللہ علیہ وسلم دیاں نظراں پاکاں دے اندر جتنے بھی حضور دے غلام اور عاشق آئے ساریاں نے ایک نویں اور اچی شان پائی. پر فرق کی ہے کہ انہاں نے حضور نال پیار کیتا تے پھر صرف پیار ہی نہیں کیتا بلکہ حضور پیچھے اپنی جاناں بھی دے دیتیاں. لیکن سرکار نوں بھی محبت سی انہاں لوکاں دے نال کہ جڑے اپنا مال بھی اپنی اولاد بھی اپنی جان بھی حضور پیچھے قربان کردے سن. اور بلا تمہید گل کرن لگا کہ پچھلے جمعے میں تانوں دسدا ساں پیا کہ کافراں نے نبی پاک صلی اللہ علیہ وسلم دی شان اندر گستاخی کرن واسطے ایک خطیب دا انتخاب کیتا لیکن او دے مقابلے اندر حضور صلی اللہ علیہ وسلم دا ایک دیوانہ اٹھیا. انہیں اپنی خطابت دے جوہر دکھائے پھر انہاں شاعرانہ انداز دے اندر حضور صلی اللہ علیہ وسلم دی شان اندر گستاخیاں کیتیاں تے اللہ تعالیٰ دے محبوب نے اپنی نعت اور نعت دے اندر اشعار بیان کرن واسطے اور حضور نے اپنی شان بلند کرن واسطے اللہ تعالیٰ دے بڑے برگزیدہ بندے اور حضور دے صحابی حضرت حسان بن ثابت دا انتخاب کیتا. نہ تاں حضرت حسان بن ثابت نے بھی پڑھیاں نہ تاں اج بھی پڑھیاں جاندیاں ہیں. شان وہ بھی حضور دی بیان کردے سن شان اسی بھی بیان کرنے ہاں. فرق کی ہے کہ اسی اور تسی بیان کرنے آ سرکار دا مقام مسلمانہ دے اندر مومنہ دے اندر. کوئی کافر نہیں بیٹھا ہوں دا کوئی مشرک منافق نہیں بیٹھا ہوں دا کوئی یہودی اور عیسائی نہیں بیٹھا ہوں دا. اسی کنہاں نوں نعت سنانے ہاں مسلماناں تے پر انہاں نے کافراں دے وچ جا کے کافراں دے پیڑاں دے پیڑاں نوں حضور دا پیغام سنایا سرکار دی شان سنائی حضور دا مقام دسیا کہ جتھے کوئی سرکار دی گستاخی کردا سی جتھے سرکار تے کوئی معاذ اللہ
ਕੋਈ ਅਗਰ ਉੱਚਾ ਅਲਫਾਜ਼ ਨਾਲ ਬੋਲਦਾ ਸੀ ਤਾਂ ਹਜ਼ਰਤ ਹਸਾਨ ਬਿਨ ਸਾਬਤ ਰਜ਼ੀ ਅੱਲਾਹ ਤਾਲਾ ਨੂੰ ਅਸ਼ਾਰ ਦੀ ਸ਼ਕਲ ਅੰਦਰ ਨਾਤ ਪੜ੍ਹ ਕੇ ਮੇਰੇ ਮੁਸਤਫਾ ਦੀ ਸ਼ਾਨ ਵਧਾਉਂਦੇ ਸਨ ਔਰ ਸ਼ਾਨ ਦੱਸਦੇ ਸਨ ਕਿ ਲੋਕੋ ਵੇਖੋ ਰੱਬ ਨੇ ਮਹਿਬੂਬ ਕੈਸਾ ਬਣਾਇਆ ਕਿ ਜਿਹਦੇ ਨਾਲ ਦਾ ਕਾਇਨਾਤ 'ਚ ਕੋਈ ਹੋਰ ਮਿਲਦਾ ਹੀ ਨਹੀਂ। ਇੱਕ ਦਿਹਾੜੇ ਹਜ਼ੂਰ ਬੈਠੇ ਸਨ ਕਿ ਬਾਹਰ ਕੋਈ ਸ਼ੋਰ ਸੁਣਿਆ, ਵਾਹ ਵਾਹ ਰੌਲਾ ਪਾਇਆ ਸੀ ਬੰਦਿਆਂ ਨੇ ਕਿ ਮੁਸਲਮਾਨ ਅਤੇ ਕਾਫਰ ਆਪਸ ਵਿੱਚ ਲੜ ਪਏ ਨੇ ਅਤੇ ਗੱਲ ਕਤਲੋ ਗਾਰਤ ਤੱਕ ਪਹੁੰਚ ਗਈ। ਹਜ਼ੂਰ ਨੇ ਬੁਲਾਇਆ ਆਪਣੇ ਦੀਵਾਨਿਆਂ ਨੂੰ ਅਤੇ ਫਰਮਾਇਆ ਕਿ ਕੀ ਗੱਲ ਏ, ਕਿਉਂ ਕਾਫਰਾਂ ਨਾਲ ਲੜਦੇ ਹੋ? ਸਾਹਬਾਂ ਨੇ ਅਰਜ਼ ਕੀਤਾ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਸਾਡੇ ਬੱਚਿਆਂ ਨੂੰ ਕੋ ਕਤਲ ਕਰ ਦੇਵੇ ਸਾਨੂੰ ਬਰਦਾਸ਼ਤ ਏ, ਸਾਡੇ ਕੋਲੋਂ ਕੋਈ ਮਾਲ ਔਰ ਅਸ਼ਰਫੀਆਂ ਲੈ ਲਵੇ ਸਾਨੂੰ ਬਰਦਾਸ਼ਤ ਏ, ਸਾਡੇ ਕੋਈ ਜ਼ਮੀਨਾਂ ਮਕਾਨ ਅੱਜੜਾਂ ਦੇ ਅੱਜੜ ਬੱਕਰੀਆਂ ਖੋ ਲਵੇ ਕੋ ਕੋਲਿਆਂ 'ਤੇ ਲਟਾਏ ਸਾਨੂੰ ਬਰਦਾਸ਼ਤ ਏ। ਪਰ ਯਾ ਰਸੂਲ ਅੱਲਾਹ, ਜਿਹੜਾ ਤੁਹਾਡੀ ਸ਼ਾਨ 'ਚ ਗੁਸਤਾਖੀ ਕਰੇ ਸਾਨੂੰ ਬਰਦਾਸ਼ਤ। ਹਜ਼ੂਰ ਨੇ ਫਰਮਾਇਆ, ਅੱਛਾ ਆਂਦੇ ਕੀ ਨੇ, ਉਹਨਾਂ ਦਾ ਮੁਤਾਲਬਾ ਕੀ ਏ, ਉਹ ਕੀ ਆਂਦੇ ਨੇ ਮੇਰੇ ਬਾਰੇ ਕਿ ਜਿਹੜਾ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ? ਸਾਹਬਾਂ ਨੇ ਅਰਜ਼ ਕੀਤਾ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਪਹਿਲੋਂ ਉਹ ਤੁਹਾਨੂੰ ਤੰਗ ਕਰਦੇ ਸਨ, ਤੁਹਾਡੇ ਮਗਰ ਨੌਜਵਾਨ ਲੜਕੇ ਲਾਉਂਦੇ ਸਨ, ਤੁਹਾਨੂੰ ਮਾਜ਼ ਅੱਲਾ ਕਿਹੜਾ ਕਿਹੜਾ ਉਹਨਾਂ ਤੁਹਾਨੂੰ ਇਜ਼ਾ ਨਹੀਂ ਪਹੁੰਚਾਈ। ਪਰ ਯਾ ਰਸੂਲ ਅੱਲਾ, ਹੁਣ ਇਹ ਕਾਫਰ ਰਲ ਕੇ ਆਉਂਦੇ ਨੇ ਪਏ ਕਿ ਮਾਜ਼ ਅੱਲਾ ਨਕਲੇ ਕੁਫਰ ਕੁਫਰ ਨਾ ਬਾਸ਼ਦ, ਕਿ ਹਜ਼ੂਰ ਸੋਹਣੇ ਨਹੀਂ। ਪਰ ਯਾ ਰਸੂਲ ਅੱਲਾ, ਸਾਨੂੰ ਪੁੱਛੋ ਕਿ ਕਾਇਨਾਤ 'ਚ ਤੁਹਾਡੇ ਜਿਹਾ ਸੋਹਣਾ ਕਿਸੇ ਮਾਂ ਜੰਮਿਆ ਹੀ ਨਹੀਂ, ਸਾਨੂੰ ਪੁੱਛੋ ਹਾਂ। ਇਹ ਸਾਜੇ ਈਮਾਨ, ਇਹ ਸੀ ਉਹਨਾਂ ਦਾ ਹਜ਼ੂਰ 'ਤੇ ਯਕੀਨ। ਸਰਕਾਰ ਨੇ ਜਦੋਂ ਇਹ ਸੁਣਿਆ ਤਾਂ ਹੁਣ ਹਜ਼ੂਰ ਨੇ ਆਪਣੇ ਦੀਵਾਨੇ ਹਸਾਨ ਨੂੰ ਉਠਾਇਆ, ਫਰਮਾਇਆ ਹਸਾਨ ਦੁਨੀਆ ਕੀ ਪਈ ਕਹਿੰਦੀ ਏ ਅਤੇ ਤੂੰ ਆਰਾਮ ਨਾਲ ਬੈਠਾ, ਕੋਈ ਆਪਣੀ ਅਸ਼ਾਰ ਬਿਆਨ ਕਰ, ਕੋਈ ਮੇਰੇ ਬਾਰੇ ਜੋ ਤੇਰੇ ਦਿਲ ਔਰ ਦਿਮਾਗ ਅੰਦਰ ਹੈ ਬੋਲ। ਮੇਰੇ ਭਰਾਓ, ਉਹ ਹਸਾਨ ਬਿਨ ਸਾਬਤ ਦਰਬਾਰੇ ਰਿਸਾਲਤ ਅੰਦਰ ਬੈਠ ਕੇ ਉਹਨਾਂ ਨੇ ਜਿਹੜੇ ਅਸ਼ਾਰ ਪੜ੍ਹੇ, ਫਿਰ ਉਹ ਅਸ਼ਾਰ ਪੜ੍ਹ ਕੇ ਉਦੋਂ ਉਹਨਾਂ ਪੜ੍ਹ ਛੱਡੇ, ਪਰ ਕਾਇਨਾਤ ਦੇ ਅੰਦਰ ਜਿੰਨੀ ਦੇਰ ਤੱਕ ਕਿਆਮਤ ਨਹੀਂ ਆਉਣੀ ਹਸਾਨ ਦੇ ਇਹਨਾਂ ਅਲਫਾਜ਼ ਨੂੰ ਤਾਰੀਖ 'ਚ ਯਾਦ ਰੱਖਿਆ ਜਾਏਗਾ ਅਤੇ ਪੜ੍ਹਿਆ ਵੀ ਜਾਏਗਾ। ਲਓ ਬਈ, ਇਹ ਸਾਰੇ ਹਜ਼ੂਰ ਦੇ ਦੀਵਾਨੇ ਬੈਠੇ ਜੇ, ਸਰਕਾਰ ਦੇ ਪ੍ਰਵਾਨੇ ਬੈਠੇ ਨੇ, ਅਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਉਠਾਇਆ, ਫਰਮਾਇਆ ਚੱਲ ਬਈ ਹਸਾਨ ਉੱਠ, ਅਤੇ ਉੱਠ ਕੇ ਜ਼ਰਾ, ਉਹਨਾਂ ਨੇ ਮੈਨੂੰ ਮਾਜ਼ ਅੱਲਾ ਬਦਸੂਰਤ ਆਖਿਆ ਅਤੇ ਤੁਹਾਡਾ ਮੁਸਲਮਾਨਾਂ ਦਾ ਅਤੇ ਈਮਾਨ ਵਾਲਿਆਂ ਦਾ ਮੇਰੇ ਬਾਰੇ ਕੀ ਖਿਆਲ ਏ, ਜ਼ਰਾ ਆਪਣੇ ਮੁਸਲਮਾਨ ਭਰਾਵਾਂ ਨੂੰ ਦੱਸ। ਲਓ ਬਈ, ਹੁਣ ਮੈਂ ਉਹ ਅਸ਼ਾਰ, ਉਹ ਸ਼ੇਰ, ਉਹ ਨਾਤ ਮੈਂ ਹੁਣ ਤੁਹਾਡੇ ਕੰਨੀ ਪਾਉਣ ਲੱਗਾ ਕਿ ਜਿਹੜੇ 1400 ਸਾਲ ਪਹਿਲੋਂ ਇਮਾਮ ਉਲ ਅੰਬੀਆ ਖਾਤਮ ਉਨ ਨਬੀਨ ਰਹਿਮਤੁਲ ਲਿਲ ਆਲਮੀਨ ਹਜ਼ਰਤ ਮੁਹੰਮਦ ਰਸੂਲੁੱਲਾ, ਸਾਰੇ ਕਹਿ ਲਓ ਸੱਲੱਲਾਹੁ ਅਲੈਹਿ ਵਸੱਲਮ, ਨੇ ਆਪਣੇ ਸਹਾਬੀ ਦੇ ਮੂੰਹੋਂ ਸੁਣੇ। ਲਓ ਬਈ, ਉਹ ਹੁਣ ਮੈਂ ਤੁਹਾਨੂੰ ਸੁਣਾ ਲਗਾ ਕਿ ਉਸ ਵਕਤ ਉਹ ਕਿਹੜਾ ਅਜੀਬ ਮੰਜ਼ਰ ਸੀ ਔਰ ਕੈਸਾ ਵਲਵਲਾ ਅੰਗੇਜ਼ ਮੰਜ਼ਰ ਸੀ ਕਿ ਜਦੋਂ ਸਹਾਬੀ ਰਸੂਲ ਕਾਲੀ ਕਮਲੀ ਵਾਲੇ ਦੇ ਸਾਹਮਣੇ ਖਲੋ ਕੇ ਨਾਤ ਪੜ੍ਹਦੇ। ਸੈਯਦਨਾ ਹਜ਼ਰਤ ਹਸਾਨ ਬਿਨ ਸਾਬਤ ਰਜ਼ੀ ਅੱਲਾਹ ਤਾਲਾ ਨੂੰ ਉੱਠੇ ਤੇ ਆਪਨੇ ਫਰਮਾਇਆ, ਵਾ ਆਹ ਸਾਨੂੰ ਮਿਨ ਕਲਮ ਤਾਰਾ ਕਤੋ ਆਈਨੀ, ਸੁਭਾਨ ਅੱਲਾਹ
ਵਾਸਨ ਮੇਨ ਕਾਲਮ ਤਾਰਾ ਕਤੋ ਆਈਨੀ ਵਾਜ ਮਾਲੋ ਮੇਨ ਕਾਲਮ ਤਾਲੇ ਦਿਨ ਸਾਉ ਉੱਚੀ ਕਹਿ ਲਓ। ਇਹਦਾ ਮੈਂ ਹੁਣ ਤੁਹਾਨੂੰ ਪੰਜਾਬੀ ਵਿੱਚ ਤਰਜਮਾ ਕਰਕੇ ਦੱਸਣਾ, ਉਰਦੂ ਦਾ ਨਾਂ ਵੀ ਤਰਜਮਾ ਕੀਤਾ, ਪੰਜਾਬੀ ਵਾਲਿਆਂ ਵੀ ਤਰਜਮਾ ਕੀਤਾ, ਪਰ ਖੁਦਾ ਦੀ ਕਸਮ ਜਿਹੜੇ ਅਲਫਾਜ਼ ਆਸਾਨ ਦੇ ਮੂੰਹੋਂ ਨਿਕਲੇ, ਜਿਹੜੀ ਸ਼ਾਨ ਤੇ ਇਸ਼ਕੇ ਰਿਸਾਲਤ ਦੇ ਅਸ਼ਾਰ ਹਜ਼ੂਰ ਦੇ ਦੀਵਾਨੇ ਦੇ ਮੂੰਹੋਂ ਨਿਕਲੇ, ਉਹ ਕਾਇਨਾਤ ਦਾ ਕੋਈ ਬੰਦਾ ਕੱਢ ਨਹੀਂ ਸਕਦਾ, ਨਾ ਉਹ ਜਾਮੀ ਸਾਹਿਬ ਕੱਢ ਸਕਦੇ ਨੇ, ਨਾ ਕੋਈ ਹੋਰ ਹਜ਼ੂਰ ਦਾ ਦੀਵਾਨਾ ਉਹਨਾਂ ਅਲਫਾਜ਼ ਨੂੰ ਉਸ ਰਵਾਨਗੀ ਨਾਲ ਬਿਆਨ ਕਰ ਸਕਦਾ। ਚਾਰ ਚੁਪੇਰੇ ਹਜ਼ੂਰ ਦੇ ਦੁਸ਼ਮਣ ਖੜੇ ਸਨ, ਪਰ ਆਸਾਨ ਨੇ ਉੱਠ ਕੇ ਜਿਹੜੀ ਗੱਲ ਕੀਤੀ ਏ, ਕਿਆਮਤ ਤੱਕ ਉਹਨਾਂ ਅਕੀਦਾ ਬੰਨ ਦਿੱਤਾ। ਵਾਸਾਨੋ ਮੈਨ ਕਲਮ ਤਾਰਾ ਕਤੋ ਆਈਨੀ ਯਾ ਰਸੂਲ ਅੱਲਾ, ਐ ਅੱਲਾ ਤਾਲਾ ਦੇ ਰਸੂਲ, ਐ ਅੱਲਾ ਤਾਲਾ ਦੇ ਪੈਗੰਬਰ ਤੇ ਮੇਰੇ, ਐ ਕਾਲੀ ਕਮਲੀ ਵਾਲੇ, ਕਾਇਨਾਤ ਦੇ ਅੰਦਰ ਉਹਨਾਂ ਦਾ ਅਕੀਦਾ ਇਹ ਹੋਵੇਗਾ ਔਰ ਉਹਨਾਂ ਦਾ ਇਹ ਨਜ਼ਰੀਆ ਹੋਵੇਗਾ ਕਿ ਤੁਸੀਂ ਬਦਸੂਰਤ ਹੋ ਮਾਜ਼ ਅੱਲਾ, ਪਰ ਹਸਾਨ ਦਾ ਯਾ ਰਸੂਲ ਅੱਲਾ ਅਕੀਦਾ ਤੇ ਈਮਾਨ ਵੇਖੋ, ਯਾ ਰਸੂਲ ਅੱਲਾ ਹਸਾਨ ਦੇ ਅਲਫਾਜ਼ ਸੁਣੋ। ਵਾਸਨ ਮੈਨ ਕਲਮ ਤਾਰਾ ਕਤੋ ਆਈਨੀ, ਜਿਹਦਾ ਤਰਜਮਾ ਏ ਵੇ, ਯਾ ਰਸੂਲ ਅੱਲਾ ਸੱਲੱਲਾਹੁ ਅਲੈਹਿ ਵਸੱਲਮ, ਤੁਹਾਡੇ ਜਿਹਾ ਸੋਹਣਾ ਅੱਜ ਤੱਕ ਮੇਰੀ ਅੱਖ ਨੇ ਵੇਖਿਆ ਹੀ ਨਹੀਂ। ਵਾਹ ਸਾਨੂੰ ਮੈਨ ਕਲਮ ਤਾਰਾ ਕਤੋ ਆਈਨੀ, ਅਬੂ ਬਕਰ ਵੀ ਪੇ ਸੁਣਦੇ ਨੇ, ਫਾਰੂਕ ਆਜ਼ਮ ਵੀ ਸੁਣ ਰਹੇ ਨੇ, ਔਰ ਸਾਰੇ ਹਜ਼ੂਰ ਦੇ ਦੀਵਾਨੇ ਸੁਣਦੇ ਨੇ ਪੇ, ਆਸਾਨ ਨਾਲ ਜੂਮ ਰਹੇ ਨੇ, ਨਾਲੇ ਅਸ਼ਾਰ ਪੜ ਰਹੇ ਨੇ। ਵਾਸਾਨੂੰ ਮੈਨ ਕਲਮ ਤਾਰਾ ਕਤੋ ਆਈਨੀ, ਯਾ ਰਸੂਲ ਅੱਲਾ ਤੁਹਾਡੇ ਜਿਹਾ ਸੋਹਣਾ ਮੁੜ ਕਿਸੇ ਮਾਂ ਨੇ, ਯਾ ਰਸੂਲ ਅੱਲਾ ਮੈਂ ਨਹੀਂ ਸੁਣ ਵੇਖਿਆ ਕੋਈ ਸੋਹਣਾ ਕੋਈ ਤੁਹਾਡੇ ਜਿਹਾ ਹੋਵੇ। ਅਗਲੀ ਗੱਲ ਜਿਹੜੀ ਕੀਤੀ ਆਪਨੇ ਫਰਮਾਇਆ, ਵਾਜ ਮਾਲੋ ਮੈਨ ਕਲਮ ਤਾਲੇ ਦਿਨ ਨਿਸਾਉ। ਲੈ ਉਹ ਸੋਹਣਿਆ ਮੁਸਲਮਾਨਾ, ਇਹਨਾਂ ਨੇ ਤੇ ਆਪਣੇ ਅਕੀਦੇ ਦਾ ਨਿਚੋੜ ਕੱਢ ਦਿੱਤਾ ਔਰ ਆਪਣੇ ਅਲਫਾਜ਼ ਦੀ ਅਕਾਸੀ ਕਰਦਿਆਂ ਇਹ ਫਰਮਾਇਆ, ਯਾ ਰਸੂਲ ਅੱਲਾ ਸਿਰਫ ਤੁਸੀਂ ਸੋਹਣੇ ਹੀ ਨਹੀਂ ਬਲਕਿ ਸਾਡਾ ਈਮਾਨ ਏ ਔਰ ਸਾਡਾ ਇਸ ਚੀਜ਼ ਤੇ ਅਕੀਦਾ ਤੇ ਸਾਡੇ ਦਿਲ ਤੇ ਈਮਾਨ ਦੀ ਗੰਢ ਵੱਜ ਗਈ ਏ ਕਿ ਯਾ ਰਸੂਲ ਅੱਲਾ ਇੱਕ ਤੇ ਤੁਹਾਡੇ ਨਾਲ ਦਾ ਸੋਹਣਾ ਕੋਈ ਨਹੀਂ ਦੁਨੀਆ ਅੰਦਰ, ਤੇ ਦੂਜਾ ਸਾਡਾ ਈਮਾਨ ਏ ਕਿ ਤੁਹਾਡੇ ਜਿਹਾ ਸੋਹਣਾ ਮੁੜ ਕਿਸੇ ਮਾਂ ਨੇ ਜੰਮਿਆ ਹੀ ਨਹੀਂ। ਵਾਜ ਮਾਲੋ ਮੈਨ ਕਲਮ ਤਾਲੇ ਦਿਨ ਨਿਸਾਉ। ਇਹ ਜਿਹੜੀ ਹਸਾਨ ਨੇ ਅਗਲੀ ਗੱਲ ਕੀਤੀ ਆ, ਇਹ ਤੇਰੇ ਮੇਰੇ ਵਾਸਤੇ ਇੱਕ ਬੜੀ ਅੱਛੀ ਤੇ ਪਾਕ ਗੱਲ ਏ। ਵੈਸੇ ਤੇ ਜ਼ਿਕਰੇ ਮੁਸਤਫਾ ਅਗਰ ਕਰੀਏ, ਜ਼ਿਕਰੇ ਮੁਸਤਫਾ ਵੀ ਪਾਕ ਤੇ ਸੁਭਾਨ ਅੱਲਾ ਵੀ ਪਾਕ, ਅੱਲਾ ਵੀ ਪਾਕ ਤੇ ਉਹਦਾ ਸੋਹਣਾ ਰਸੂਲ ਵੀ ਪਾਕ। ਹੁਣ ਜਦੋਂ ਇਹ ਅਸ਼ਾਰ ਸੁਣੇ ਨਾ ਸਹਾਬਾ ਇਕਰਾਮ ਨੇ, ਤੇ ਸਹਾਬਾ ਜੂਮ ਰਹੇ ਸਨ, ਸਿਰਫ ਜੂਮ ਹੀ ਨਹੀਂ ਰਹੇ, ਅਸੀਂ ਤੁਸੀਂ ਨਾਤ ਪੜੀਏ, ਮੈਂ ਹੁਣ ਕਹਾਂ ਬੇੜਾ ਮੁਹੰਮਦ ਵਾਲਾ ਲੈਂਦਾ ਪਿਆ ਤਾਰੀਆਂ, ਅੱਗੇ ਕੀ ਏ, ਜਿਸ ਨੇ ਮਦੀਨੇ ਜਾਣਾ ਕਰ ਲਓ ਤਿਆਰੀਆਂ, ਪੜ੍ਹਨਾ ਮੈਂ ਵਾਂ ਪਿਆ, ਸਾਹਮਣੇ ਮਦੀਨਾ ਵੀ ਕੋਈ ਨਹੀਂ, ਪਰ ਜਦੋਂ ਤੁਸਾਂ ਸੁਣਨਾ ਮੇਰੇ ਮੂੰਹੋਂ
ਤੁਹਾਡੀਆਂ ਅੱਖਾਂ ਅੱਗੇ ਮਦੀਨਾ ਆ ਜਾਏਗਾ, ਮਦੀਨਾ ਮੁਨਵਰਾ ਦੀ ਤਸਵੀਰ ਆ ਜਾਏਗੀ। ਉਹ ਤਾਂ ਫਿਰ ਇੱਕ ਲੱਜ਼ਤ ਵੱਖਰੀ ਹੁੰਦੀ ਹੈ ਉਸ ਵਕਤ। ਪਰ ਮੈਂ ਕਹਿੰਦਾ ਸਹਾਬਾ ਦਾ ਉਹ ਕੀ ਮਾਣ ਹੋਏਗਾ, ਖੁਦਾ ਦੀ ਕਸਮ ਹੈ, ਜਦੋਂ ਹਸਾਨ ਬਿਨ ਸਾਬਤ ਜਿਹੜਾ ਸ਼ਾਇਰਾਂ ਦਾ ਸਰਦਾਰ ਔਰ ਨਾਤ ਖਾਵਾਂ ਦਾ ਸਰਦਾਰ ਔਰ ਸੈਯਦ ਉਸਨਾ ਖਾਨ ਕਿ ਜਿਹਨਾਂ ਹਜ਼ੂਰ ਦੀ ਨਾਤ ਪੜ੍ਹੀ, ਸਾਹਮਣੇ ਸਰਦਾਰ ਨਾਤ ਖਾਵਾਂ ਦਾ ਉਹ ਨਾਤ ਪਿਆ ਪੜ੍ਹਦਾ ਅਤੇ ਸਾਹਮਣੇ ਇਮਾਮ ਉਲ ਅੰਬੀਆ ਬੈਠੇ ਹੋਣ, ਇੱਕ ਪਾਸੇ ਨਾਤ ਦੂਸਰੇ ਪਾਸੇ ਸਰਕਾਰ, ਇੱਕ ਪਾਸੇ ਹਸਾਨ ਦੂਸਰੇ ਪਾਸੇ ਆਸ਼ਕੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ, ਇਹ ਸਾਰੇ ਸਹਾਬਾ। ਅਤੇ ਹੁਣ ਹਜ਼ਰਤ ਹਸਾਨ ਬਿਨ ਸਾਬਤ ਨੇ ਜਿਹੜੀ ਅਗਲੀ ਗੱਲ ਕੀਤੀ ਨਾ, ਖੁਦਾ ਦੀ ਕਸਮ ਹੈ ਕਮਾਲ ਕਰ ਦਿੱਤੀ। ਕੋਈ ਸ਼ਾਇਰ ਦੁਬਾਰਾ ਮਾਣ ਜੰਮਿਆ ਹੀ ਨਹੀਂ ਕਿ ਜਿਹੜਾ ਕੋਈ ਹਸਾਨ ਦੀ ਨਕਲ ਕਰ ਸਕੇ ਜਾਂ ਹਸਾਨ ਦੇ ਅਕੀਦੇ ਦੇ ਮੁਤਾਬਕ ਤਾਂ ਉਹ ਬੋਲ ਸਕਦਾ, ਪਰ ਹਸਾਨ ਜਿਹਾ ਬੋਲ ਨਹੀਂ ਸਕਦਾ। ਕਾਇਨਾਤ 'ਚ ਬੜੇ ਨਾਤ ਖਾਂ, ਪਰ ਮੇਰੇ ਬਾਈਓ ਇਹ ਜਿਹੜੀ ਅਕਾਸੀ ਹੁਸਨੇ ਮੁਸਤਫਾ ਦੀ ਸਾਹਮਣੇ ਬੈਠ ਕੇ ਮੁਸੱਵਰ ਨੂੰ ਪਤਾ ਉਹ ਤਸਵੀਰ ਵੇਖ ਵੇਖ ਕੇ ਬਣਾਉਂਦਾ, ਇਹਦੇ ਹੋਂਠ ਕਿੰਜਦੇ ਨੇ, ਇਹਦਾ ਲਿਬਾਸ ਕਿੰਜਦਾ, ਇਹਦੀਆਂ ਅੱਖਾਂ ਕਿੰਜਦੀਆਂ, ਇਹਦਾ ਮੱਥਾ ਕਿੰਜਦਾ, ਇਹਦੇ ਕੰਨ ਕਿੰਜਦੇ ਨੇ, ਇਹਦੇ ਰੁਖਸਾਰ ਕਿੰਜਦੇ ਨੇ, ਉਹ ਵੇਖ ਵੇਖ ਕੇ ਬਣਾਉਂਦਾ। ਅਤੇ ਮੈਂ ਕਹਿੰਦਾ ਖੁਦਾ ਦੀ ਕਸਮ ਹੈ ਹਸਾਨ ਨਾਲੇ ਹਜ਼ੂਰ ਨੂੰ ਵੇਂਦੇ ਸਨ, ਨਾਲੇ ਨਾਤ ਪੜ੍ਹਦੇ ਜਾਂਦੇ। ਜਿੱਡੀ ਗੱਲ ਕੀਤੀ ਏ ਉਹਨਾਂ ਬੋਲੇ ਨਹੀਂ। ਇਹ ਸਾਜੇ ਸਰਕਾਰ ਦੇ ਦੀਵਾਨਿਆਂ ਦਾ। ਅਗਲੀ ਗੱਲ ਉਹਨਾਂ ਕੀ ਕੀਤੀ, ਕਿਉਂਕਿ ਉਹਨਾਂ ਕਿਹਾ ਨਾ ਮਾਜ਼ ਅੱਲਾ ਹਜ਼ੂਰ ਇੰਜਦੇ ਐਬ ਕੱਢੇ, ਅਤੇ ਮੈਂ ਕਹਿੰਦਾ ਉਹ ਆਸ਼ਕ ਹੀ ਨਹੀਂ ਕਿ ਜਿਹੜਾ ਮਾਸ਼ੂਕ ਦੇ ਬਾਰੇ ਗੱਲ ਸੁਣੇ ਕਿ ਮੇਰੇ ਮਾਸ਼ੂਕ ਦੇ ਤੂੰ ਐਬ ਕੱਢੇ। ਆਪਨੇ ਕੀ ਫਰਮਾਇਆ, ਖੁਲਕਤਾ ਮੁਬਰਾ ਮਿਨ ਕੁੱਲੇ ਐਬਿਨ। ਇਹ ਮੇਰੇ ਨਬੀ ਦੀ ਸ਼ਾਨ, ਮੈਂ ਤਰਜਮਾ ਕਰਨਾ ਮਜ਼ਾ ਫੇਰ ਆਵੇਗਾ। ਆਪਨੇ ਫਰਮਾਇਆ ਯਾ ਰਸੂਲੁੱਲਾ, ਉਹ ਜਿਹੜੇ ਬਾਰ ਬਕਵਾਸ ਪੇ ਕਰਦੇ ਨੇ ਔਰ ਤੁਹਾਡੇ ਬਾਰੇ ਗਲਤ ਗੱਲਾਂ ਪੇ ਕਰਦੇ ਨੇ, ਹਸਾਨ ਦਾ ਤੇ ਸਾਰੇ ਸਾਹਬਾ ਦਾ ਇਹੋ ਯਕੀਦਾ, ਖੋਲੇ ਕਿਤਾ ਮੁਬਰਾ ਮਿਨ ਕੁੱਲੇ ਐਬਿਨ। ਯਾ ਰਸੂਲੁੱਲਾ, ਸਾਡਾ ਤੇ ਈਮਾਨ ਹੈ ਔਰ ਸਾਡਾ ਤੇ ਅਕੀਦਾ ਕਿ ਅੱਲਾਹ ਤਾਲਾ ਨੇ ਤੁਹਾਨੂੰ ਬੇਐਬ ਪੈਦਾ ਕੀਤਾ। ਯਾ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ, ਤੁਸੀਂ ਐਬਾਂ ਤੋਂ ਪਾਕ ਹੋ, ਤੁਹਾਡੇ ਅੰਦਰ ਐਬ ਉਹਨਾਂ ਨੂੰ ਦਿਸਦੇ ਨੇ, ਉਹਨਾਂ ਨੂੰ ਨਜ਼ਰ ਆਉਂਦੇ ਨੇ, ਕਿਉਂਕਿ ਤੁਸੀਂ ਉਹ ਸ਼ੀਸ਼ਾ। ਯਾ ਰਸੂਲੁੱਲਾ, ਤੁਸੀਂ ਉਹ ਸ਼ੀਸ਼ਾ, ਅਤੇ ਸ਼ੀਸ਼ਾ ਕਦੇ ਝੂਠ ਨਹੀਂ ਮਾਰਦਾ। ਅਬੂ ਜੇ ਲਾਉਂਦਾ ਆਪਣਾ ਆਪ ਵੇਂਦਾ ਅਤੇ ਉਹਨੂੰ ਉਹ ਹੀ ਨਜ਼ਰ ਆਉਂਦਾ, ਅਗਰ ਅਬੂ ਲਾਭ ਆਉਂਦਾ ਆਪਣਾ ਆਪ ਵੇਂਦਾ ਉਹਨੂੰ ਉਹ ਹੀ ਨਜ਼ਰ ਆਉਂਦਾ ਜੋ ਉਹ ਖੁਦ ਹੈ। ਹਾਂ, ਅਗਰ ਅਬੂ ਬਕਰ ਆਵੇ ਉਹਨੂੰ ਵਿੱਚੋਂ ਸਦਾਕਤ ਨਜ਼ਰ ਆਉਂਦੀ ਏ, ਅਗਰ ਉਮਰ ਆਵੇ ਉਹਨੂੰ ਅਦਾਲਤ ਨਜ਼ਰ ਆਉਂਦੀ ਏ, ਅਗਰ ਉਸਮਾਨ ਆਵੇ ਉਹਨੂੰ ਅਯਾ ਨਜ਼ਰ ਆਉਂਦੀ ਏ, ਅਗਰ ਅਲੀ ਆਵੇ ਉਹਨੂੰ ਸ਼ੁਜਾਤ ਨਜ਼ਰ ਆਉਂਦੀ ਏ, ਅਗਰ ਬਿਲਾਲ ਆਵੇ ਕਮਲੀ ਵਾਲਿਆ ਉਹਨੂੰ ਇਸ਼ਕ ਨਜ਼ਰ ਆਉਂਦਾ। ਹੁਣ ਹਜ਼ਰਤ ਹਸਾਨ ਬਿਨ ਸਾਬਤ ਨੇ ਫਰਮਾਇਆ ਖੋਲੇ ਕਤਾ ਮੁਬਰਾ ਮਿਨ ਕੁੱਲੇ ਐਬਿਨ। ਯਾ ਰਸੂਲੁੱਲਾ, ਤੁਸੀਂ ਯਾਰ ਐਬ ਤੋਂ ਪਾਕ ਹੋ। ਤੇ ਜਿਹੜਾ ਅਗਲਾ ਸ਼ੇਰ ਆਖਿਆ ਇਹ ਤੇ ਕਮਾਲ ਕਰ ਦਿੱਤੀ, ਆਪਨੇ ਤੇਰਾ ਮੇਰਾ ਅਕੀਦਾ ਦੱਸਿਆ, ਬਲਕਿ ਤੇਰਾ ਮੇਰਾ ਨਹੀਂ ਹਜ਼ਰਤ ਹਸਾਨ ਦਾ ਅਕੀਦਾ ਸੀ, ਉਹ ਹੀ ਸਾਡਾ ਅਕੀਦਾ ਬਣਿਆ। ਉਹ ਅਕੀਦਾ ਕੀ ਆ, ਆਪਣੇ ਫਰਮਾਇਆ ਕਾ ਅੰਨਾ ਕਾ ਕਦ ਖੋਲਿਕਤਾ ਕਮਾ ਤਸ਼ਾਓ।
ਐ ਜਿਹੜੀ ਗੱਲ ਮੈਂ ਕਰਨ ਲੱਗਾ ਉਹ ਦੀਵਾਨਿਆ ਤੜਪ ਜਾਵੀਂ। ਅੱਲਾ ਦੇ ਸੋਹਣੇ ਮਹਿਬੂਬ ਦੇ ਦੀਵਾਨੇ ਨੇ ਆਖਿਆ, ਯਾ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ, ਇਹ ਲੋਕ ਤੁਹਾਡੇ ਚੋਂ ਐਬ ਕੱਢਦੇ ਨੇ, ਪਰ ਮੇਰਾ ਤੇ ਈਮਾਨ ਤੇ ਅਕੀਦਾ ਏ ਵੇ, ਯਾ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ, ਅੱਲਾ ਤਾਲਾ ਨੇ ਤੁਹਾਨੂੰ ਬਿਲਕੁਲ ਉਂਝ ਦਾ ਹੀ ਬਣਾਇਆ ਜਿਵੇਂ ਦਾ ਤੁਸੀਂ ਚਾਹੁੰਦੇ ਸੋ। ਯਾ ਰਸੂਲੁੱਲਾ, ਤੁਸਾਂ ਰੱਬ ਨੂੰ ਆਖਿਆ, ਮੈਂ ਤਰਜਮਾ ਹੁਣ ਤਫਸੀਰ ਕਰਨ ਲਗਾ ਕਿ ਯਾ ਰਸੂਲੁੱਲਾ, ਇਹ ਇਸ਼ਕ ਦਾ ਤਰਜਮਾ ਕਈਆਂ ਦੀ ਸਮਝ ਆਵੇਗਾ, ਕਈਆਂ ਦੀ ਨਹੀਂ ਆਵੇਗਾ, ਫਤਵਾ ਠੋਕਣਗੇ, ਪਰ ਯਾਦ ਰੱਖੀ ਜਿੱਥੇ ਮੁਸਤਫਾ ਦਾ ਇਸ਼ਕ ਹੋਵੇ ਫਤਵਾ ਨਹੀਂ ਚੱਲਦਾ, ਜਿੱਥੇ ਹਜ਼ੂਰ ਨਾਲ ਪਿਆਰ ਹੋਵੇ ਉੱਥੇ ਬੈਨ ਨਹੀਂ ਚੱਲਦਾ। ਹਜ਼ੂਰ ਨੇ ਜਦੋਂ ਇਹ ਆਪਣੇ ਦੀਵਾਨੇ ਨੂੰ ਵੇਖਿਆ ਤੇ ਹਜ਼ਰਤ ਹਸਾਨ ਨੇ ਅਰਜ਼ ਕੀਤੀ, ਯਾ ਰਸੂਲੁੱਲਾ, ਮੇਰਾ ਤੇ ਈਮਾਨ ਏ ਕਿ ਤੁਹਾਡੇ ਜਿਹਾ ਸੋਹਣਾ ਵੀ ਕੋਈ ਨਹੀਂ, ਮੇਰਾ ਈਮਾਨ ਏ ਮੁੜ ਮਾਂ ਕਿਸੇ ਜਮਨਾ ਵੀ ਨਹੀਂ, ਮੇਰਾ ਤੇ ਈਮਾਨ ਏ ਤੁਸੀਂ ਬੇਐਬ ਹੋ, ਮੇਰਾ ਈਮਾਨ ਏ ਕਿ ਰੱਬ ਨੇ ਤੁਹਾਨੂੰ ਤੁਹਾਡੀ ਹਸੀਅਤ ਜਿਸ ਤਰ੍ਹਾਂ ਤੁਸੀਂ ਆਉਂਦੇ ਰਹੇ ਹੋ ਰੱਬ ਬਣਾਉਂਦਾ ਰਿਹਾ, ਤੇ ਮੈਂ ਤਰਜਮਾ ਇਹ ਕਰਨਾ, ਰੱਬ ਨੇ ਕਿਹਾ ਸੋਹਣਿਆ ਕਿਵੇਂ ਦਾ ਬਣਾਵਾਂ, ਤੇ ਮਹਿਬੂਬ ਨੇ ਆਖਿਆ ਰੱਬਾ ਜਿਵੇਂ ਦਾ ਤੈਨੂੰ ਚੰਗਾ ਲੱਗਦਾ, ਨਹੀਂ ਯਾ ਅੱਲਾ ਨਾ ਨਾ, ਇਹ ਤੇਰੀ ਮਰਜ਼ੀ ਦੇ ਖਿਲਾਫ ਏ, ਤੇ ਰੱਬ ਆਖਿਆ ਮਹਿਬੂਬਾ ਜਿਹੜੀ ਤੇਰੀ ਰਜ਼ਾ ਏ ਉਹੀ ਰੱਬ ਦੀ ਰਜ਼ਾ ਏ। ਕਮਲੀ ਵਾਲਿਆ, ਜਿਹੜੀ ਤੇਰੀ ਰਜ਼ਾ ਉਹੀ ਰੱਬ ਦੀ ਰਜ਼ਾ, ਤੇ ਹੁਣ ਸੋਹਣੇ ਨੇ ਆਪਣੀਆਂ ਅੱਖਾਂ ਮੁਬਾਰਕਾਂ ਆਪ ਰੱਬ ਕੋਲੋਂ ਬਣਵਾਈਆਂ, ਮਰਜ਼ੀ ਦੀਆਂ ਇਹ ਮੈਂ ਨਹੀਂ ਪਿਆਂਦਾ, ਬਲਕਿ ਹਜ਼ਰਤ ਹਸਾਨ ਬਿਨ ਸਾਬਤ ਕਹਿੰਦੇ ਨੇ, ਯਾ ਰਸੂਲੁੱਲਾ ਸਾਡਾ ਈਮਾਨ ਏ, ਹਜ਼ੂਰ ਡੱਕ ਵੀ ਸਕਦੇ ਸਨ, ਹਸਾਨ ਇਹ ਸ਼ੇਰ ਨਾ ਕਹੋ, ਇਹ ਸ਼ੇਰਾਂ ਨੂੰ ਨਾ ਪੜ, ਕਿਉਂਕਿ ਇਹ ਸ਼ੇਰ ਵਿੱਚ ਸ਼ਿਰਕ ਏ, ਇਹ ਸ਼ੇਰ ਵਿੱਚ ਬਿਦਤ, ਨਾ ਨਾ ਇਹ ਕੰਮ ਨਾ ਕਰ, ਬਲਕਿ ਹਜ਼ੂਰ ਹਸਾਨ ਵੱਲ ਪੇ ਵੇਂਦੇ ਸਨ ਤੇ ਨਾਲੇ ਮੁਸਕੁਰਾਉਂਦੇ ਸਨ, ਵੇਖ ਰਹੇ ਸਨ ਮੇਰਾ ਦੀਵਾਨਾ ਨਾਤ ਪਿਆ ਪੜਦਾ, ਫਿਰ ਇਹ ਹੀ ਨਾ ਨਾ ਹਜ਼ਰਤ ਹਸਾਨ ਬਾਹਰ ਨਿਕਲੇ, ਬਾਹਰ ਨਿਕਲ ਕੇ ਲੋਕਾਂ ਨੂੰ ਆਖਿਆ, ਉਹ ਤੁਸੀਂ ਜੋ ਦਿਲ ਕਰਦਾ ਕਵੋ, ਪਰ ਮੈਂ ਤੇ ਕਵਾਂਗਾ, ਖੋਲਿਕ ਤਾ ਮੁਬਰਾ ਬਿਲਕੁਲ ਬਿਨ, ਕਿ ਮੈਂ ਉਹ ਮਹਿਬੂਬ ਡਿਠਾ ਕਿ ਜਿਹਦੇ ਨਾਲ ਦਾ ਸੋਹਣਾ ਕੋਈ ਨਹੀਂ, ਇਹਨਾਂ ਵਿੱਚ ਐਬ ਵੀ ਕੋਈ ਨਹੀਂ, ਦੱਸੋ ਤੁਹਾਨੂੰ ਇਮਾਨਤਾ ਫੜਾਉਂਦੇ ਨੇ, ਕਦੇ ਖਿਆਨਤ ਕੀਤੀ ਹੋਵੇ ਉਹਨਾਂ ਨੇ, ਤੁਸੀਂ ਇਮਾਨਤਾ ਪੜਾਉਂਦੇ ਹੋ, ਅਗੇ ਨਹੀਂ ਕਦੇ ਖਿਆਨਤ ਨਹੀਂ ਹੋਈ, ਕਦੇ ਉਹਨਾਂ ਝੂਠ ਬੋਲਿਆ ਹੋਵੇ, ਅਗੇ ਨਹੀਂ ਬੋਲਿਆ, ਕਦੇ ਉਹਨਾਂ ਨੇ ਤੁਹਾਨੂੰ ਕਿਸੇ ਬਾਰੇ ਕੋਈ ਗਾਲ ਕੱਢੀ ਹੋਵੇ, ਅਗੇ ਨਹੀਂ ਕੱਢੀ, ਆਪਨੇ ਫਰਮਾਇਆ ਖੋਲਿਕ ਤਾ ਮੁਬਰਾ ਮਿਨ ਕੁੱਲ ਐਬਿਨ, ਹਰ ਬੰਦੇ ਵਿੱਚ ਇੱਕ ਐਬ ਹੁੰਦਾ, ਕੋਈ ਨਾ ਕੋਈ ਐਬ, ਪਰ ਸੋਹਣਿਆ ਰੱਬ ਨੇ ਤੁਹਾਨੂੰ ਇੰਜ ਦਾ ਬਣਾਇਆ ਕਿ ਐਬ ਨਾ ਦੀ ਸ਼ੈ ਹੀ ਕੋਈ ਨਹੀਂ। ਮਹਿਬੂਬ ਰੱਬ ਨੇ ਸਾਨੂੰ ਉਹ ਦਿੱਤਾ, ਬੰਦਾ ਯਾਰ ਲੱਭਣ ਟੁਰਦਾ ਕਿ ਮੇਰਾ ਯਾਰ ਇੰਜ ਦਾ ਹੋਵੇ ਕਿ ਜਿਹਦੇ ਵਿੱਚ ਐ ਵੀ ਨਾ ਹੋਣ, ਮੈਂ ਕਹਿੰਦਾ ਆ ਤੈਨੂੰ ਮੈਂ ਯਾਰ ਦੱਸਣਾ, ਕਿਹੜਾ ਰੱਬ ਦਾ ਯਾਰ ਬਣਾਉਣਾ ਈ, ਕਿਹੜਾ ਆਪਣਾ ਦੋਸਤ ਬਣਾਉਣਾ ਚਾਹੁੰਦਾ, ਬਣਾ ਤੇ ਮਦੀਨੇ ਵਾਲੇ ਨੂੰ ਬਣਾ, ਕਿਉਂਕਿ ਉਹਨਾਂ ਜਿਹਾ ਕਾਇਨਾਤ ਵਿੱਚ ਰੱਬ ਨੇ ਦੂਸਰਾ ਬਣਾਇਆ ਹੀ ਕੋਈ ਨਹੀਂ। ਹਜ਼ਰਤ ਹਸਾਨ ਬਿਨ ਸਾਬਤ ਬਾਹਰ ਨਿਕਲੇ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਦੀਵਾਨੇ ਨੂੰ ਫਰਮਾਇਆ, ਇਹ ਹਸਾਨ ਜਦੋਂ ਵੀ ਬਾਹਰ ਨਿਕਲਣਾ ਤੇ ਆਪਣੇ ਸਹਾਬਾ ਤੋਂ ਬਾਅਦ, ਆਪਣੇ ਇਹਨਾਂ ਦੀਵਾਨਿਆਂ ਤੇ ਯਾਰਾਂ ਤੋਂ ਬਾਅਦ ਤੂੰ ਜਾਇਆ ਕਰ, ਬਾਹਰ ਨਿਕਲਿਆ ਕਰ, ਇਹਨਾਂ ਨੂੰ ਵੀ ਸੁਣਾਇਆ ਕਰ ਜਿਨ੍ਹਾਂ ਦੇ ਦਿਲਾਂ ਤੇ ਮੋਹਰਾਂ ਲੱਗੀਆਂ ਨੇ, ਇਹਨਾਂ ਦੇ ਕੰਨਾਂ ਵਿੱਚ ਆਵਾਜ਼ ਪਹੁੰਚੇ ਕਿ ਰੱਬ ਨੇ ਉਹ ਮਹਿਬੂਬ ਬਣਾਇਆ ਕਿ ਜਿਹਦੀਆਂ ਕਸਮਾਂ ਰੱਬ ਖੁਦ ਕੁਰਾਨ ਝੂਠਾਂਦਾ। ਇਹ ਸੀ ਮੇਰੇ ਮਹਿਬੂਬ ਦੀ ਸ਼ਾਨ ਕਿ ਹਜ਼ਰਤ ਹਸਾਨ ਬਿਨ ਸਾਬਤ ਨੇ ਨਾਤ ਪੜ੍ਹ ਕੇ ਸੁਣਾਈ, ਨਾਤ ਦੇ ਅਲਫਾਜ਼ ਅੰਦਰ, ਲੇਕਿਨ ਕੁਰਾਨ ਨੂੰ ਪੜ੍ਹੋ ਕੁਰਾਨ ਦੇ ਰੰਗ ਅੰਦਰ, ਨਾਤ ਪੜ੍ਹੋ ਨਾਤ ਦੇ ਰੰਗ ਅੰਦਰ, ਲੇਕਿਨ ਉਹ ਹਜ਼ਰਤ ਅੱਜ ਕਿਹਾ ਜਾਂਦਾ ਫਲਾਣਾ ਹਸਾਨੇ ਪਾਕਿਸਤਾਨ
ਦਿਲ ਕਰੇ ਉਹ ਦਫ ਦੇ ਨਾਲ ਦਮੜੀਆਂ ਵਜਾਉਂਦਾ ਹੋਵੇ ਔਰ ਭਰਜਾਈ ਦਾ ਦੁਪੱਟਾ ਗਾਲੇ 'ਚ ਪਾ ਕੇ ਆਇਆ ਹੋਵੇ, ਉਹਨੂੰ ਕੋਈ ਨਹੀਂ ਪੁੱਛਦਾ ਕਿਉਂਕਿ ਉਹਦੇ 'ਤੇ ਪੈਸੇ ਸਿਰਫ ਸੁੱਟੇ ਜਾਂਦੇ ਨੇ, ਉਹਨੂੰ ਗੱਲ ਕੋਈ ਨਹੀਂ ਕੀਤੀ ਜਾਂਦੀ। ਮੈਂ ਕਹਿੰਦਾ ਜਿਸ ਤਰ੍ਹਾਂ ਕੁਰਾਨ ਪਾਕ ਨੂੰ ਪੜ੍ਹਨ ਦਾ ਮਕਾਮ ਹੈ ਔਰ ਉਹਦਾ ਅਦਬ ਹੈ, ਨਾ ਤਾਂ ਰਸੂਲ ਦਾ ਵੀ ਅਦਬ ਹੈ, ਇਹਨੂੰ ਪਮਾਲ ਨਾ ਕੀਤਾ ਜਾਏ ਸਟੇਜ 'ਤੇ। ਲੇਕਿਨ ਮੇਰੇ ਭਾਈਓ, ਇਹ ਮੇਰਾ ਈਮਾਨ ਹੈ ਔਰ ਅਕੀਦਾ ਹੈ, ਹਰ ਇੱਕ ਦਾ ਇਹ ਹੋਣਾ ਚਾਹੀਦਾ ਕਿ ਹਮ ਯਹਾਂ ਸੇ ਪੜ੍ਹੇ ਵੋ ਮਦੀਨੇ ਸੁਣੇ, ਨਾ ਕਿ ਤੂੰ ਇੱਥੇ ਕੋਈ ਗਾਣੇ ਦੀ ਤਰਜ਼ ਮਾਰਦਾ ਹੋਵੇਂ, ਤੂੰ ਕਿਸੇ ਗੁਲੂਕਾਰ ਨੂੰ ਆਪਣਾ ਫਾਲੋ ਕਰਕੇ ਤੂੰ ਸ਼ੇਰ ਪੜ੍ਹਦਾ ਹੋਵੇਂ, ਤਾਂ ਕੀ ਰਿਪੋਰਟ ਜਾਏਗੀ ਮਦੀਨੇ ਬਾਈ ਕਿ ਅੱਜ ਫਲਾਣੇ ਗੁਲੂਕਾਰ ਦਾ ਦੀ ਅਦਾਕਾਰੀ ਔਰ ਫਲਾਣੇ ਦੀ ਆਵਾਜ਼। ਲੇਕਿਨ ਖੁਦਾ ਦੀ ਕਸਮ ਹੈ, ਇਸ਼ਕ ਸੀ ਤੇ ਹਸਾਨ ਬਿਨ ਸਾਬਤ 'ਚ, ਇਸ਼ਕ ਸੀ ਤੇ ਬਿਲਾਲੇ ਹਬਸ਼ੀ ਅੰਦਰ। ਰੱਬਾ ਸਾਨੂੰ ਹੈ ਤੇ ਅਸੀਂ ਇਸ ਕਾਬਲ ਨਹੀਂ, ਪਰ ਸਾਨੂੰ ਵੀ ਅਤਾ ਕਰਦੇ। ਤੇ ਸਹਾਬਾ ਏ ਕਿਰਾਮ ਆਪਣੀ ਜਾਨ ਨਾਲੋਂ ਵੱਧ ਕੇ, ਖੁਦਾ ਦੀ ਕਸਮ ਹੈ, ਮੈਂ ਟਾਈਮ ਵਾਹਵਾ ਹੋ ਗਿਆ, 10 ਮਿੰਟ ਹੋ ਗਏ ਨੇ ਮਗਰ ਰਹਿ ਗਏ 20 ਮਿੰਟ, ਅਤੇ ਮੈਂ ਅੱਜ 4 ਸਹਾਬਾ ਏ ਕਿਰਾਮ ਤੁਹਾਡੀ ਖਿਦਮਤ 'ਚ ਪੇਸ਼ ਕਰਨੇ ਸਨ ਜਿਨ੍ਹਾਂ ਇਸ਼ਕੇ ਰਸੂਲ ਦਾ ਮੁਜ਼ਾਹਰਾ ਕੀਤਾ। ਲੇਕਿਨ ਹਜ਼ੂਰ ਦੇ ਨਾਸ਼ਕਾਂ ਦਾ ਜ਼ਿਕਰ ਇਤਨਾ ਵਸੀ ਔਰ ਬੁਲੰਦ ਏ, ਮੇਰੀਆਂ ਤੁਹਾਡੀਆਂ ਜ਼ਿੰਦਗੀਆਂ ਮੁੱਕ ਜਾਣ, ਉਹਨਾਂ ਦੀਆਂ ਸ਼ਾਨਾਂ ਬਿਆਨ ਨਹੀਂ ਹੋ ਸਕਦੀਆਂ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨਾਲ ਇਸ਼ਕ ਦੀ ਇੰਤਹਾ, ਇੱਕ ਅਬਦੁੱਲਾ ਨਾਮੀ ਸਹਾਬੀ ਆਖੋ ਰਜ਼ੀ ਅੱਲਾਹ ਤਾਲਾ ਨੂੰ, ਬੜੇ ਗਰੀਬ ਸਨ ਅਤੇ ਇਹਨਾਂ ਨੂੰ ਸਰਕਾਰ ਨਾਲ ਮੁਹੱਬਤ ਵੀ ਬੜੀ ਸੀ, ਪਿਆਰ ਵੀ ਬੜਾ ਸੀ, ਉਲਫਤ ਵੀ ਬੜੀ ਸੀ। ਅਤੇ ਇਹਨਾਂ ਦੀ ਇੱਕ ਆਦਤ ਸੀ ਕਿ ਜਦੋਂ ਬਾਜ਼ਾਰ 'ਚ ਜਾਣਾ ਨਾ ਬਾਹਰ, ਅਤੇ ਜਾਂਦੇ ਵੀ ਸਪੈਸ਼ਲ ਇਸੇ ਲਈ ਸਨ, ਚੀਜ਼ਾਂ ਵੇਂਦਿਆ ਰਹਿਣਾ, ਅੱਜ ਬਾਜ਼ਾਰ 'ਚ ਫਲਾਣੀ ਸ਼ੈ ਆਈ ਹੈ ਨਵੀਂ, ਅਤੇ ਉਹਨੂੰ ਉਧਾਰ ਖਰੀਦ ਲੈਣਾ। ਹਜ਼ਰਤ ਅਬਦੁੱਲਾ ਰਜ਼ੀ ਅੱਲਾਹ ਤਾਲਾ ਉਹਨਾਂ ਨੇ ਉਧਾਰ ਖਰੀਦਣਾ ਅਤੇ ਕਹਿਣਾ ਪੈਸੇ ਮੈਂ ਬਾਅਦ 'ਚ ਦੇ ਦਿਆਂਗਾ। ਦੁਕਾਨਦਾਰ ਨੇ ਉਧਾਰ ਕਰਨਾ, ਉਹ ਲਿਆ ਕੇ ਚੀਜ਼ ਅਤੇ ਹਜ਼ੂਰ ਨੂੰ ਪੇਸ਼ ਕਰ ਦਿੰਦੇ ਸਨ, ਕਹਿ ਲਓ ਹਜ਼ੂਰ ਨੂੰ ਦੇ ਦੇਣੀ। ਅਤੇ ਸਰਕਾਰ ਨੇ ਕੋਈ ਚਾਦਰ ਮੁਬਾਰਕ ਹੋਣੀ ਜਾਂ ਕੋਈ ਕੱਪੜਾ ਵਗੈਰਾ ਹੋਣਾ ਜਾਂ ਕੋਈ ਵੀ ਐਸੀ ਚੀਜ਼, ਅਤੇ ਸਰਕਾਰ ਨੇ ਰੱਖ ਲੈਣੀ। ਅਤੇ ਉਹ ਜਦੋਂ ਉਧਾਰ ਵਾਹਵਾ ਹੋ ਜਾਣਾ ਨਾ, ਅਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਆਪ ਘਰ ਹੀ ਤਸ਼ਰੀਫ ਫਰਮਾ ਹੋਣੇ ਜਾਂ ਮਸਜਿਦ 'ਚ, ਅਤੇ ਉਹ ਦੁਕਾਨਦਾਰ ਨੇ ਬੂਹਾ ਖੜਕਾਉਣਾ, ਅਬਦੁੱਲਾ ਜੀ ਪੈਸੇ ਨਹੀਂ ਦਿੱਤੇ, ਮਾਲ ਘੱਟ ਗਿਆ ਦੁਕਾਨ 'ਚ, ਅਤੇ ਦੁਕਾਨ ਭਰਨੀ ਹੈ ਅਤੇ ਕੋ ਪੈਸਿਆਂ ਦੀ ਜ਼ਰੂਰਤ ਹੈ ਦੇ। ਅਤੇ ਹਜ਼ਰਤ ਅਬਦੁੱਲਾ ਨੇ ਦੁਕਾਨਦਾਰ ਨੂੰ ਬਾਹੋਂ ਫੜਨਾ ਅਤੇ ਹਜ਼ੂਰ ਕੋਲ ਲੈ ਆਉਣਾ। ਸਰਕਾਰ ਨੇ ਫਰਮਾਉਣਾ, ਆ ਬਈ ਦੀਵਾਨੇ ਉਹ ਆ ਗਏ ਹੋ, ਹੈ ਜੀ ਯਾ ਰਸੂਲ ਅੱਲਾ ਆ ਗਏ ਹਾਂ। ਅਤੇ ਹਜ਼ਰਤ ਅਬਦੁੱਲਾ ਨੇ ਕਹਿਣਾ, ਯਾ ਰਸੂਲ ਅੱਲਾ, ਮੈਂ ਨਾ ਇਹਦੇ ਕੋਲੋਂ ਉਧਾਰ ਚੀਜ਼ਾਂ ਲਈਆਂ, ਇਹਦੇ ਪੈਸੇ ਦਿਓ। ਚੀਜ਼ ਆਪ ਲਈ ਅਤੇ ਪੈਸੇ ਕੌਣ? ਹਜ਼ੂਰ ਦੇਣ। ਕੈਸੇ ਦੀਵਾਨੇ ਸਨ। ਸਰਕਾਰ ਨੇ ਜਦੋਂ ਵੇਖਣਾ ਤਾਂ ਫਰਮਾਉਣਾ, ਅੱਛਾ ਬਾਈ, 1 ਵਰਾਂ ਦਿੱਤੇ, 2 ਵਰਾਂ ਦਿੱਤੇ, 3 ਵਰਾਂ ਦਿੱਤੇ। ਉਹ ਜਦੋਂ ਹਜ਼ਰਤ ਅਬਦੁੱਲਾ ਨੇ ਕੰਮ ਆਪਣਾ ਜਾਰੀ ਰੱਖਿਆ ਬਾਰ ਬਾਰ, ਅਤੇ ਸਰਕਾਰ ਨੇ ਫਰਮਾਇਆ, ਅਬਦੁੱਲਾ ਹੁਣ ਜਦੋਂ ਆਖਰੀ ਵਾਰੀ ਉਹ ਆਇਆ ਨਾ ਦੁਕਾਨਦਾਰ ਹਜ਼ਰਤ ਅਬਦੁੱਲਾ ਦੇ ਨਾਲ, ਅਤੇ ਹਜ਼ਰਤ ਅਬਦੁੱਲਾ ਕਹਿਣ ਲੱਗੇ, ਯਾ ਰਸੂਲੁੱਲਾ ਦਿਓ ਪੈਸੇ। ਸਰਕਾਰ ਨੇ ਫਰਮਾਇਆ, ਅਬਦੁੱਲਾ ਤੂੰ ਨਾ ਇੰਜ ਕਰਿਆ ਕਰ, ਉਧਾਰ ਤੂੰ ਲੈ ਲੈਣਾ, ਪੈਸੇ ਮੈਨੂੰ ਦੇਣੇ ਪੈਂਦੇ ਨੇ, ਅਤੇ ਚੀਜ਼ ਵੀ ਵੈਸੇ ਅੱਛੀ ਹੁੰਦੀ ਹੈ। ਅਤੇ ਹਜ਼ਰਤ ਅਬਦੁੱਲਾ ਰੋਣ ਲੱਗ ਪਏ, ਅਰਜ਼ ਕਰਦੇ ਨੇ, ਯਾ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਕੋਲ ਨਾ ਖਾਣ ਨੂੰ ਘਰ ਆਟਾ ਵੀ ਕੋਈ ਨਹੀਂ, ਪਰ ਮੇਰਾ ਦਿਲ ਕਰਦਾ ਕਿ ਜਦੋਂ ਮੈਂ ਬਾਜ਼ਾਰ 'ਚ ਜਾਵਾਂ, ਸਭ ਤੋਂ ਖੂਬਸੂਰਤ ਅਤੇ ਅੱਛੀ ਚੀਜ਼ ਅਤੇ ਨਵੀਂ ਚੀਜ਼ ਆਪਣੇ ਮਹਿਬੂਬ ਲਈ ਖਰੀਦਾਂ, ਸਾਰਿਆਂ ਤੋਂ ਪਹਿਲੋਂ ਕਿ ਬਾਜ਼ਾਰ ਅੰਦਰ ਉਹ ਚੀਜ਼ ਕੋਈ ਹੋਰ ਆਪਣੇ ਮਹਿਬੂਬ ਲਈ ਨਾ ਲੈ ਜਾਵੇ। ਇਹ ਸਾਜੇ ਸਹਾਬਾ ਦਾ ਪਿਆਰ, ਇਹ ਸੀ ਸਹਾਬਾ ਦੀ ਮੁਹੱਬਤ। ਕਿੱਥੇ ਗਏ ਹੋ ਜੇ ਹਜ਼ੂਰ ਦੇ ਗੁਲਾਮ, ਕਿੱਥੇ ਗਏ ਹੋ ਜੇ ਮੰਨਣ ਵਾਲੇ ਕਿ ਜਿਨ੍ਹਾਂ ਨੇ ਸਰਕਾਰ ਨੂੰ ਆਪਣਾ ਆਈਡੀਅਲ ਜਾਣਿਆ ਔਰ ਸਰਕਾਰ ਨਾਲ ਆਪਣੀ ਮੁਹੱਬਤ ਦੀ ਇੰਤਹਾ ਕਰ ਦਿੱਤੀ। ਖੁਦਾ ਦੀ ਕਸਮ ਹੈ, 5 ਵਕਤ ਨਮਾਜ਼ਾਂ ਪੜ੍ਹੀਆਂ,
ਨਾਮ ਰਖਾਇਓ ਨਮਾਜ਼ੀ, ਸੌ ਹੱਜ ਬੈਤੁੱਲਾ ਦੇ ਕੀਤੇ ਨਾਮ ਰਖਾਇਓ ਹਾਜੀ, 14 ਇਲਮ ਕਿਤਾਬਾਂ ਪੜ੍ਹੀਆਂ ਨਾਮ ਰਖਾਇਓ ਗਾਜ਼ੀ, ਗੁਲਾਮ ਫਰੀਦਾ ਕੱਖ ਨਹੀਂ ਉਖਟਿਆ ਜੇ ਮੁਸਤਫਾ ਨਾ ਕੀਤਾ ਰਾਜ਼ੀ। ਕਹਿ ਦਿਓ ਜ਼ਰਾ ਸੁਭਾਨ ਅੱਲਾਹ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦਾ ਚਰਚਾ ਮਦੀਨਾ ਮੁਨਵਰਾ ਔਰ ਮੱਕਾ ਮੁਕਰਮਾ ਦੇ ਅੰਦਰ ਚਾਰ ਚੁਪੇਰੇ ਫੈਲ ਗਿਆ ਤੇ ਹਰ ਬੰਦਾ ਇਹੀ ਕਹਿੰਦਾ ਹੈ ਮੁਹੰਮਦ ਅੱਲਾਹ ਦੇ ਸੱਚੇ ਰਸੂਲ ਨੇ। ਤੇ ਜ਼ਾਹਰ ਨਾਮੀ ਇੱਕ ਸ਼ਖਸ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਐਸੇ ਦਾ ਕਾਲਾ ਸਿਆ ਰੰਗ ਸੀ, ਸਿਆ ਫਾਮ ਸੀ। ਇਹਨੇ ਵੀ ਜਦੋਂ ਸੁਣਿਆ ਕਿ ਹਜ਼ੂਰ ਅੱਲਾਹ ਦੇ ਨਬੀ ਔਰ ਰਸੂਲ ਨੇ, ਦਿਲ ਦੇ ਅੰਦਰ ਤੜਪ ਪੈਦਾ ਹੋਈ ਔਰ ਦਿਲ ਦੇ ਅੰਦਰ ਇਸ਼ਕੇ ਮੁਸਤਫਾ ਉੱਠਿਆ ਤੇ ਆ ਕੇ ਮਦੀਨਾ ਮੁਨਵਰਾ ਅੰਦਰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਹੱਥ ਤੇ ਬੈਤ ਕਰਕੇ ਕਲਮਾ ਪੜ੍ਹ ਲਿਆ। ਤੇ ਕੰਮ ਕੀ ਕਰਦੇ ਸਨ? ਖੇਤੀਬਾੜੀ ਕਰਦੇ ਸਨ। ਜਦੋਂ ਰਾਤ ਪੈਣੀ ਦਿਨ ਟਾਈਮ ਪੈਲੀਆਂ ਨੂੰ ਪਾਣੀ ਲਾਣਾ, ਤੇ ਜਦੋਂ ਰਾਤ ਪੈ ਜਾਣੀ ਨਾਲ ਆਪਣੇ ਪੁੱਤਰ ਨੂੰ ਲੈਣਾ, ਤੇ ਸਬਜ਼ੀਆਂ ਜਿਹੜੀਆਂ ਉੱਗਦੀਆਂ ਸਨ ਉਹਨਾਂ ਨੂੰ ਕੱਟ ਕੇ ਬਾਜ਼ਾਰ ਦੇ ਅੰਦਰ ਫਰੋਖਤ ਕਰਦੇ ਸਨ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਦੀਵਾਨਾ ਜਦੋਂ ਪਤਾ ਚੱਲਿਆ ਹਜ਼ੂਰ ਆ ਗਏ, ਫਿਰ ਇਹਨਾਂ ਕਲਮਾ ਵੀ ਪੜ੍ਹ ਲਿਆ ਤੇ ਹਜ਼ਰਤ ਜ਼ਾਹਰ ਰਜ਼ੀ ਅੱਲਾਹੁ ਤਾਲਾ ਨੂੰ ਆਪ ਇੱਕ ਦਿਨ ਹਜ਼ੂਰ ਕੋਲ ਬੈਠੇ ਸਨ ਤੇ ਨਾਲ ਦੇ ਇੱਕ ਸਾਹਬੀ ਨੂੰ ਅਰਜ਼ ਕੀਤੀ, ਫਰਮਾਇਆ, ਕਹਿਣ ਲੱਗੇ ਕਿ ਇਹ ਸਾਹਬੀ ਮੈਂ ਖੇਤੀਬਾੜੀ ਦਾ ਕੰਮ ਕਰਨਾ ਤੇ ਮੈਂ ਸਬਜ਼ੀਆਂ ਦਾ ਕੰਮ ਕਰਨਾ, ਮੈਨੂੰ ਦੱਸ ਤੇ ਸਹੀ ਅੱਲਾਹ ਦੇ ਰਸੂਲ ਨੂੰ ਕਿਹੜੀ ਸਬਜ਼ੀ ਪਸੰਦ ਹੈ? ਵੇਖ ਜਿੰਨਾ ਚਾਹਤ ਕੀਤੀ। ਪਰ ਆ ਜਿਹੜੀ ਗੱਲ ਮੈਂ ਕਰਨ ਲੱਗਾ ਇਹ ਕੁਰਾਨ ਔਰ ਹਦੀਸ ਦੇ ਮੁਤਾਬਕ ਹੈ। ਇਹ ਕੋਈ ਉਹ ਤਕਰੀਰ ਨਹੀਂ ਕਿ ਕੱਦੂ ਵੇਚ ਵੇਚ ਕੇ ਪ੍ਰਾਪਰਟੀਆਂ ਬਣਾ ਲਈਆਂ, ਝੂਠੀਆਂ ਹਦੀਸਾਂ ਸੁਣਾ ਸੁਣਾ ਕੇ ਹਦੀਸੇ ਮੁਸਤਫਾ ਨੂੰ ਵਿਗਾੜਨਾ ਔਰ ਕੋਲੋਂ ਗੱਲ ਲਾਣੀ। ਹਜ਼ੂਰ ਨੇ ਫਰਮਾਇਆ ਉਹ ਆਪਣਾ ਟਿਕਾਣਾ ਜਹੰਨਮ ਵਿੱਚ ਵੇਖ ਲਵੇ, ਖਬਰਦਾਰ ਬਾਜ਼ ਰਹਿਣਾ ਚਾਹੀਦਾ। ਹਜ਼ਰਤ ਜ਼ਾਹਰ ਨੇ ਪੁੱਛਿਆ ਕੀ ਪਸੰਦ ਹੈ? ਪਤਾ ਚੱਲ ਗਿਆ ਜੀ ਕੱਦੂ ਸ਼ਰੀਫ। ਕੀ? ਕੱਦੂ ਸ਼ਰੀਫ। ਹਜ਼ਰਤ ਜ਼ਾਹਰ ਰਜ਼ੀ ਅੱਲਾਹੁ ਤਾਲਾ ਉਹਨਾਂ ਨੇ ਆਪ ਨੂੰ ਜਦੋਂ ਪਤਾ ਲੱਗਾ, ਪਹਿਲੋਂ ਤਾਂ ਚਲੋ ਤੋਰੀਆਂ ਕੋ ਭਿੰਡੀਆਂ ਕੋ ਹੋਰ ਚੀਜ਼ ਵੀ ਉਗਾ ਲੈਣੀ, ਪਰ ਜਦੋਂ ਪਤਾ ਲੱਗਾ ਨਾ ਕਿ ਮੇਰੇ ਸੋਹਣੇ ਨੂੰ ਪਸੰਦ ਹੀ ਕੱਦੂ ਸ਼ਰੀਫ ਹੈ, ਸਾਰੀਆਂ ਪੈਲੀਆਂ ਦੇ ਵਿੱਚ ਕੱਦੂ ਸ਼ਰੀਫ ਉਗਾ ਦਿੱਤਾ। ਉਹ ਜਦੋਂ ਕੱਦੂ ਸ਼ਰੀਫ ਉੱਗਿਆ ਤਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਆਪ ਘਰ ਬੈਠੇ ਹੋਏ ਸਨ ਅਤੇ ਇੱਕ ਦਿਹਾੜੇ ਹਜ਼ਰਤ ਜ਼ਾਹਰ ਰਜ਼ੀ ਅੱਲਾਹੁ ਤਾਲਾ ਨੂੰ ਦਿਲ 'ਚ ਤੜਪ ਹੋਈ, ਹੁਣ ਚੈਨ ਨਹੀਂ ਪਿਆ ਹੁੰਦਾ ਕਿਉਂਕਿ ਉਹ ਮਹਿਬੂਬ ਨੂੰ ਵੇਖ ਲਿਆ ਕਿ ਜਿਨ੍ਹਾਂ ਨੂੰ ਇੱਕ ਵਾਰਾਂ ਵੇਖੋ ਨਜ਼ਰਾਂ ਹਟਾਉਣ 'ਤੇ ਦਿਲ ਨਹੀਂ ਕਰਦਾ, ਜਿਨ੍ਹਾਂ ਦਾ ਇੱਕ ਵਾਰਾਂ ਦੀਦਾਰ ਕਰ ਲਓ ਨਜ਼ਰ ਹਟਾਉਣ 'ਤੇ ਮਨ ਨਹੀਂ ਕਰਦਾ। ਤਾਂ ਹਜ਼ਰਤ ਜ਼ਾਹਰ ਨੇ ਆਪਣੇ ਪੁੱਤਰ ਨੂੰ ਲਿਆ, ਨਾਲ ਪੈਲੀਆਂ 'ਚ ਟੁਰ ਗਏ ਅਤੇ ਉਹ ਕੱਦੂ ਉਤਾਰਨ ਲੱਗ ਪਏ। ਨਾਲ ਕੁਝ ਹੋਰ ਧਨੀਆਂ ਵੀ ਸੀ, ਨਾਲ ਹੋਰ ਵੀ ਚੀਜ਼ਾਂ ਸਨ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਨਾ ਇਹਨਾਂ ਕੱਪੜਾ ਵਿਛਾ ਲਿਆ ਅਤੇ ਪੁੱਤਰ ਨੂੰ ਕਹਿਣ ਲੱਗੇ ਲੈ ਬਈ ਵੇਲ ਤੋਂ ਕੱਦੂ ਲਾਈ ਜਾ ਅਤੇ ਇਹ ਕੱਪੜੇ ਵਿੱਚ ਪਾਈ ਜਾ, ਜਿਹੜਾ ਸਾਫ਼ ਸਾਫ਼ ਮਾਲ ਏ, ਜਿਹੜਾ ਵਾਹਵਾ ਮੋਟਾ ਤਾਜ਼ਾ ਮਾਲ ਏ, ਇਲਾਦਾ ਕਰ ਦੇ। ਕੱਪੜੇ ਵਿੱਚ ਪਾਇਆ, ਉਹਨੂੰ ਦਿੱਤੀ ਗੰਢ, ਰੱਖ ਲਈ ਮੋਢੇ 'ਤੇ। ਅਤੇ ਹੁਣ ਪੁੱਤਰ ਕਹਿਣ ਲੱਗਾ ਅੱਬਾ ਜੀ ਮੈਂ ਕਿੱਧਰ ਅਤੇ ਤੁਸੀਂ ਕਿੱਧਰ? ਅਤੇ ਉਹ ਕਹਿਣ ਲੱਗੇ ਮੇਰੇ ਮਗਰ ਮਗਰ ਆ ਜਾ। ਬਸ ਮਗਰ ਮਗਰ ਟੁਰੇ ਹਜ਼ਰਤ ਜ਼ਾਹਰ ਦੇ ਬੇਟੇ ਅਤੇ ਆ ਗਏ ਹਜ਼ੂਰ ਦੀ ਬਾਰਗਾਹ 'ਚ। ਸਰਕਾਰ ਨੇ ਵੇਖਿਆ ਕਿ ਕਾਲੇ ਸਿਆਹ ਰੰਗ ਦਾ ਗੁਲਾਮ, ਪਾਟੇ ਪੁਰਾਣੇ ਕੱਪੜੇ, ਵਾਲ ਵੀ ਬਿਖਰੇ ਹੋਏ, ਹੈ ਪਿੰਡ ਦੇ ਰਹਿਣ ਵਾਲੇ ਸਨ ਅਤੇ ਹਜ਼ੂਰ ਦੀ ਬਾਰਗਾਹ 'ਚ ਆਏ। ਵੇਖਿਆ ਕੱਦੂ ਸ਼ਰੀਫ ਚੁੱਕੇ ਹੈ, ਮੋਢੇ 'ਤੇ ਰੱਖੇ ਹੈ ਅਤੇ ਹਜ਼ੂਰ ਕੋਲ ਆਏ, ਸਲਾਮ ਅਰਜ਼ ਕੀਤੀ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਜ਼ਾਹਰ ਕਿੱਧਰ ਆਇਆ ਹੈ? ਅਤੇ ਆ ਕੱਦੂ ਸ਼ਰੀਫ। ਹਾਂ ਯਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ,
ਮੈਂ ਨਾ ਕਿਸੇ ਸਾਹਬੀ ਨੂੰ ਪੁੱਛਿਆ ਸੀ ਕਿ ਹਜ਼ੂਰ ਨੂੰ ਕਿਹੜੀ ਚੀਜ਼ ਪਸੰਦ ਏ ਸਬਜ਼ੀਆਂ ਵਿੱਚੋਂ, ਅਤੇ ਮੈਨੂੰ ਪਤਾ ਲੱਗਾ ਕੱਦੂ ਸ਼ਰੀਫ ਪਸੰਦ ਏ, ਅਤੇ ਸੋਹਣਿਆ ਇਹ ਮੈਂ ਕੱਦੂ ਤੁਹਾਡੇ ਵਾਸਤੇ ਤੋਹਫਾ ਲੈ ਕੇ ਆਇਆ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਵੇਖਿਆ ਇਸ ਮੁਹੱਬਤ ਔਰ ਪਿਆਰ ਨੂੰ, ਤੇ ਸਾਹਾਬਾਏ ਕਿਰਾਮ ਨੇ ਹਜ਼ੂਰ ਨੂੰ ਅਰਜ਼ ਕੀਤੀ, ਯਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ, ਇਹ ਜਿਹੜਾ ਤੁਹਾਡਾ ਦੀਵਾਨਾ ਹੈ ਕਾਲੇ ਸਿਆਹ ਰੰਗ ਦਾ, ਇਹ ਕੌਣ ਹੈ? ਹਜ਼ੂਰ ਨੇ ਫਰਮਾਇਆ ਬਜ਼ਾਹਰ ਇਹ ਕਾਲਾ ਪਰ ਇਹਦੇ ਤੇ ਖੁਸ਼ ਕਮਲੀ ਵਾਲਾ, ਬਜ਼ਾਹਰ ਇਹ ਕਾਲਾ ਪਰ ਇਹਦੇ ਤੇ ਰਾਜ਼ੀ ਕਾਲੀ ਕਮਲੀ ਵਾਲਾ। ਸਾਹਬਾ ਚੁੱਪ ਕਰ ਗਏ, ਤੇ ਹਜ਼ੂਰ ਨੇ ਜਦੋਂ ਆਪਣੇ ਦੀਵਾਨੇ ਦੇ ਇਸ਼ਕ ਨੂੰ ਵੇਖਿਆ ਤੇ ਆਪਨੇ ਫਰਮਾਇਆ ਇੱਕ ਹੋਰ ਕਾਲੇ ਨੂੰ ਕਿ ਜਿਨ੍ਹਾਂ ਦਾ ਨਾਮ ਸੀ ਬਿਲਾਲ, ਬਿਲਾਲ ਅਬਸ਼ੀ ਰਜ਼ੀ ਅੱਲਾਹ ਤਾਲਾ ਨੂੰ ਆਪਨੇ ਫਰਮਾਇਆ ਬਿਲਾਲ ਇਹ ਵੀ ਕਾਲਾ, ਤੂੰ ਵੀ ਕਾਲਾ, ਪਰ ਤੁਹਾਡਾ ਪੇਟ ਅੰਦਰ ਸਫੈਦ ਏ, ਤੁਹਾਡਾ ਅੰਦਰ ਕਾਲਾ ਨਹੀਂ, ਇੰਜ ਕਾਰੇ ਪਿਆਰ ਨਾਲ ਲੈ ਕੇ ਆਇਆ, ਤੂੰ ਵੀ ਆਸ਼ਕ ਏ ਇਹ ਵੀ ਆਸ਼ਕ ਏ, ਤੂੰ ਵੀ ਦੀਵਾਨਾ ਇਹ ਵੀ ਦੀਵਾਨਾ, ਤੇ ਬਿਲਾਲ ਇਹਦੇ ਵਾਸਤੇ ਜਾ ਇਹ ਥੈਲਾ ਵੇਲਾ ਕਰ ਲੈ ਕੱਦੂ ਸ਼ਰੀਫ ਵਾਲਾ, ਉਹਨੂੰ ਖਾਲੀ ਕਰ ਲਿਆ ਗਿਆ। ਆਪਨੇ ਫਰਮਾਇਆ ਜਾ ਫੁਲਾਣੀ ਦੁਕਾਨ ਤੇ ਬਿਲਾਲ, ਤੇ ਜਾ ਕੇ ਮੇਰਾ ਨਾਂ ਲਵੀ, ਤੇ ਜਾ ਕੇ ਆਖੀ ਅੱਲਾਹ ਦੇ ਰਸੂਲ ਫਰਮਾ ਕਿ ਥੋੜੀਆਂ ਜੀਆਂ ਖਜੂਰਾਂ ਦੇ ਦਿਓ। ਉਹ ਸਾਹਬੀਏ ਰਸੂਲ ਬਾਜ਼ਾਰ ਚ ਦੁਕਾਨ ਤੇ ਗਏ ਤੇ ਜਾ ਕੇ ਖਜੂਰਾਂ ਪਾਈਆਂ ਥੈਲੇ ਅੰਦਰ ਲੈ ਕੇ ਆਏ। ਹਜ਼ੂਰ ਨੇ ਫਰਮਾਇਆ ਐ ਤੇਰਾ ਪਿੰਡ ਦਾ ਮੇਰੇ ਵਾਸਤੇ ਤੋਹਫਾ ਸੀ, ਤੇ ਐ ਤੇਰੇ ਵਾਸਤੇ ਸ਼ਹਿਰ ਦਾ ਤੋਹਫਾ, ਐ ਤੇਰੇ ਵਾਸਤੇ ਮੈਂ ਸ਼ਹਿਰ ਦਾ ਤੋਹਫਾ ਲੈ ਆਇਆ। ਤੇ ਸਰਕਾਰ ਨੇ ਉਹ ਖਜੂਰਾਂ ਦਿੱਤੀਆਂ ਤੇ ਹਜ਼ਰਤ ਜ਼ਾਹਰ ਰਜ਼ੀ ਅੱਲਾਹ ਤਾਲਾ ਉਹਨੇ ਇਸ਼ਕ ਵੇਖੋ, ਪਿਆਰ ਵੇਖੋ, ਮੁਹੱਬਤ ਵੇਖੋ, ਹਜ਼ਰਤ ਜ਼ਾਹਰ ਨੇ ਉਹ ਖਜੂਰਾਂ ਦੀ ਗੰਢ ਉੱਤੋਂ ਖੋਲ੍ਹੀ ਕੱਪੜੇ ਦੀ, ਖਜੂਰ ਚੁੱਕ ਕੇ ਆਲੇ ਖਾਧੀ ਨਹੀਂ, ਪਹਿਲੋਂ ਉਹਨੂੰ ਬੋਸਾ ਦਿੱਤਾ, ਪਿਆਰ ਨਾਲ ਮੁਹੱਬਤ ਨਾਲ ਬੋਸਾ ਦਿੱਤਾ, ਤੇ ਫਿਰ ਯਾ ਰਸੂਲੁੱਲਾ ਖਾ ਲਵਾਂ। ਹਜ਼ੂਰ ਨੇ ਫਰਮਾਇਆ ਇਸੇ ਲਈ ਦਿੱਤੀਆਂ ਨੇ ਕਿ ਖਾਓ, ਬੱਚਿਆਂ ਨੂੰ ਵੀ ਦਿਓ। ਹਜ਼ਰਤ ਜ਼ਾਹਰ ਦਾ ਪੁੱਤਰ ਵੇਂਦਾ ਸੀ ਪਿਆ ਕਿ ਅੱਬਾ ਜੀਆਂ ਨੂੰ ਕੀ ਹੋ ਗਿਆ, ਤੇ ਆਪ ਵਾਪਸੀ ਜਦੋਂ ਆਏ ਤੇ ਆਪ ਨੇ ਆਪਣੇ ਪੁੱਤਰ ਨੂੰ ਕਿਹਾ ਜੇ ਚਾਹਨਾ ਨਾ ਦੁਨੀਆਂ 'ਤੇ ਕੁਛ ਮਿਲ ਜਾਵੇ ਤੇ ਇਹਨਾਂ ਦੇ ਕਦਮੀ ਲੱਗ ਜਾ, ਜੇ ਚਾਹਨਾ ਆਖਰਤ 'ਚ ਵੀ ਕੁਝ ਮਿਲ ਜਾਏ ਇਹਨਾਂ ਦੇ ਕਦਮੀ ਲੱਗ ਜਾ। ਬਸ ਇੰਝ ਹੀ ਸਿਲਸਿਲਾ ਚੱਲਦਾ ਰਿਹਾ, ਜਦੋਂ ਆਉਣ ਕੱਦੂ ਸ਼ਰੀਫ ਲੈ ਕੇ ਹਜ਼ੂਰ ਅੱਗੋਂ ਖਜੂਰਾਂ ਦੇ ਦੇਣ, ਜਦੋਂ ਆਉਣ ਕੱਦੂ ਲੈ ਕੇ ਹਜ਼ੂਰ ਕੋਈ ਹੋਰ ਚੀਜ਼ ਤੋਹਫਾ ਦੇ ਦੇਣ, ਸੱਤੂ ਦੇ ਦੇਣ, ਅਤੇ ਇੱਕ ਦਿਹਾੜੇ ਹਜ਼ਰਤ ਜ਼ਾਹਰ ਦੀ ਦਿਲ ਦੀ ਕੈਫੀਅਤ ਇਸ ਤਰ੍ਹਾਂ ਦੀ ਹੋ ਗਈ, ਰੋਈ ਜਾ ਰਹੇ ਨੇ, ਬਾਜ਼ਾਰ ਦੇ ਅੰਦਰ ਖਲੋ ਕੇ ਸਬਜ਼ੀ ਸੇਲ ਪੇ ਕਰਦੇ ਨੇ, ਸਬਜ਼ੀ ਫਰੋਖਤ ਪੇ ਕਰਦੇ ਨੇ, ਅਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਗਰ ਦੀਵਾਨਿਆਂ ਵੀ ਦੁਕਾਨਾਂ ਖੋਲ੍ਹੀਆਂ ਸਨ। ਉਹਨਾਂ ਪੁੱਛਿਆ ਜ਼ਾਹਰ ਰੋਣਾ ਕਿਉਂ ਏ, ਅਤੇ ਜ਼ਾਹਰ ਕਹਿਣ ਲੱਗੇ ਰੋਵਾਂ ਕਿਉਂ ਨਾ, ਅੱਜ ਮਹਿਬੂਬ ਦੀ ਯਾਦ ਪਈ ਆਉਂਦੀ ਹੈ। ਉਹਦੀ ਅਕਾਸੀ ਹਜ਼ਰਤ ਸੁਲਤਾਨ ਉਲ ਆਰਿਫੀਨ, ਹਜ਼ਰਤ ਸੁਲਤਾਨ ਏ ਬਾਹੂ ਆਖੋ ਰਹਿਮਤੁੱਲਾਹ ਤਾਲਾ ਅਲੈ, ਆਪਨੇ ਇਹਦੀ ਅਕਾਸੀ ਕੀਤੀ ਕਿ ਹਜ਼ਰਤ ਜ਼ਾਹਰ ਨੇ ਕੀ ਫਰਮਾਇਆ, ਮੇਰਾ ਦਿਲ ਬਰ ਸੋਣਾ, ਉੱਚੀ ਕਹਿ ਲਓ, ਮੇਰਾ ਦਿਲ ਬਰ ਸੋਣਾ, ਤੇ ਮੈਂ ਕਿਵੇਂ ਉਸ ਨੂੰ ਪਾਵਾਂ, ਵੇੜੇ ਮੇਰੇ ਉਹ ਵੜਦਾ ਨਹੀਂ, ਤੇ ਲੱਖ ਵਸੀਲੇ ਪਾਵਾਂ ਤੇ ਨਾਮ ਸੋਹਣੀ ਤੇ ਨਾ ਗੁਣ ਪੱਲੇ। ਸੁਲਤਾਨ ਉਲ ਆਰਿਫੀਨ ਨੇ ਫਰਮਾਇਆ ਗੁਣ ਯਾਨੀ ਕੋਈ ਹੁਨਰ
या कोई अदा, पर मैं ये कहांगा साढ़े कोल ते कुछ नहीं। ना मैं सोनी ते ना कुछ पल्ले, ते मैं किवें यार मनावा। हजरत जार रोंदे जा रहे ने, अखां बिचों आंसू जारी ने, ते या रसूलुल्लाह दियां आवाजां पे लांदे ने, और या रसूलुल्लाह दियां सदावां बुलंद कर रहे ने। नबी पाक दा ए दीवाना रोंदा जा रहा है उची उची आवाज दे नाल। पर मैं कहना खुदा दी कसम है, अल्लाह दे सोने रसूल नूं सहाबा दा भी पता सी, साडा भी पता है, सहाबा दे बारे भी इलम सी, साडे बारे भी इलम है। कोई एक वरा पुकारे मेरा मुस्तफा ओदी भी सुनदा, दस वरा पुकारे ओदी भी सुनदा। रोंदे जा रहे ने, आओ जारी कर रहे ने, ते सरकार बैठिया बैठिया हजूर ने अपने साहबा नू फरमाया, आओ जरा बाजार च सब्जी खरीदन चलिए। वेखो आज के सादक दी किस्मत खुलन लगी है, हजूर सल्लल्लाहु अलैहि वसल्लम उठे आ गए बाजार अंदर, दुकाना खुलियां ने, बाजारियां ने वेखिया, अल्लाह दे रसूल तशरीफ लै आए, ते सरकार नू वेख के हर बंदा अदब नाल उठ खलोता, ते नबी पाक दा ए दीवाना मुंह परली साइड ते वे ते रोंदा पिया। ते हजूर ने, क्योंकि लजपाल नबी ने, सरकार दे दिल मुबारक अंदर कलबे अतर अंदर ख्याल आया कि मैं अपने दीवाने नाल कोई प्यार नाल मैं लाड करां, एदे नाल मैं मुहब्बत करां। हजूर गए ते जाके हजरत जाहर, क्योंकि मुंह दूसरे पासे सी, हजरत जाहर दियां अखां ते अपने यदुल्ला दे हाथ रख ले, हाथ रख ले, ते आप बोले नहीं। साहबा कोल थोड़ा थोड़ा हसदे सन, साहबा मुस्कुरांदे सन, ते सरकार ने अखां ते हाथ रखे, ते हजरत जार रोंदे भी सन पे, ते रोंदे रोंदे बोले, कह लगे ओ कौन है मैनू फड़न वाले आ, क्यों मेरी तकलीफ च इजाफा पिया करना, ओ कौन है मैनू पकड़न वाले आ, अपना नाम ते जरा दस। पर हजूर ने जदो ना दिए गल सुनी, सरकार ने अखां नू थोड़ा जिहा होर दबाया, अखा नू दबाया। हजरत जाहर कह लगे, ओ मेरिया अखा कुटन वाली केड़ी शख्सियत, अपना नां ते दसो। हजूर ने हुण की कीता, हजरत जाहर नू अखा तो ते सिर तो पकड़ के, हजरत जाहर दा सिर अपने अलम नशरा दे सीने नाल लाया, सीने नाल। सीने दे नाल ला के हुण हजरत जाहर नू नबी पाक सल्लल्लाहु अलैहि वसल्लम दी खुशबू आई, ते हजरत जाहर कहन लगे, हुण पावे छड़ो ते पावे ना छड़ो, मैनू पता लग गया तुसी कौन हो, मैनू पता लग गया तुसी कौन। हजूर फेर नहीं बोले, हजरत जाहर ने कहा, ए सोनिया मेरा दिल कर दे, तुसी फड़ी रखो, मैं बोला भी ना, तुसी भी ना बोलो, ए जड़ी सीने दी ठंडक पई लभदी है, ए जड़ा सीने दे नाल लग के मैनू इलम पिया लभदा। या रसूलुल्लाह, सारी दुनिया ते उची उची आवाजा दे नाल हजरत जाहर बोलन लग पे, कह लगे, लोको मैं नबी दा यार हाँ, नबी मेरे यार ने, मैं उना दा दोस्त मेरे दोस्त, मैं उना दा खलील मेरे खलील, ओ मेरे प्यार करन वाले, मैं उना दा प्यार करन वाला। ते फिर किड्डी वड्डी गरंटी अल्लाह दे रसूल ने दिती, हजरत जाहर दियां अखां तो अपने हाथ मुबारक लांबे कर ले, सैड ते कीते ते हजरत जाहर ने वेख्या, अर्ज कीती, या रसूलुल्लाह सल्लल्लाहु अलैहि वसल्लम, छड्या क्यों जे, मेरा ते दिल करदा सी, मेरा
ਤੇ ਗੁਮਾਨ ਕਹਿੰਦਾ ਸੀ ਮੇਰੇ ਤੇ ਦਿਲ ਦੀ ਇਹ ਕੈਫੀਅਤ ਸੀ ਤੁਹਾਡਾ ਸੀਨਾ ਹੋਵੇ ਤੇ ਕਿਆਮਤ ਤਾਂ ਕਿਸੇ ਤਰ੍ਹਾਂ ਹੀ ਖਲੋਤਾ ਰਵਾਂ। ਇਹ ਸਹਾਬਾ ਇਕਰਾਮ ਆਖੋ ਰਜ਼ੀ ਅੱਲਾਹ ਤਾਲਾ ਅਨਹੋ ਆਪ ਦਾ ਇਸ਼ਕ ਸੀ ਔਰ ਹਜ਼ਰਤ ਅਬਦੁਲ ਰਹਿਮਾਨ ਬਿਨ ਆਉਫ ਆਖੋ ਰਜ਼ੀ ਅੱਲਾਹ ਤਾਲਾ ਨੂੰ ਆਪ ਹਜ਼ੂਰ ਕੋਲ ਜਦੋਂ ਵੀ ਆਉਂਦੇ ਸਨ ਤੇ ਸਰਕਾਰ ਨੇ ਫਰਮਾਣਾ ਅਬਦੁਲ ਰਹਿਮਾਨ ਬਿਨ ਆਉਫ ਅੱਲਾਹ ਤਾਲਾ ਨੂੰ ਕਰਜ਼ ਜ਼ਿਆਦਾ ਦਿਆ ਕਰ, ਕਰਜ਼ੇ ਹੁਸਨਾ ਜ਼ਿਆਦਾ ਦਿਆ ਕਰ। ਆਪਨੇ ਫਰਮਾਇਆ, ਅਰਜ਼ ਕੀਤੀ ਯਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਕਿਵੇਂ, ਕਿਸ ਤਰੀਕੇ ਨਾਲ? ਹਜ਼ੂਰ ਨੇ ਫਰਮਾਇਆ ਕਿ ਜਿੰਨਾ ਤੇਰੇ ਕੋਲ ਹੋ ਸਕੇ ਅੱਲਾਹ ਦੀ ਰਾਹ 'ਚ ਖਰਚ ਕਰਿਆ ਕਰ, ਅਤੇ ਜਿਹਾਦ ਵਾਸਤੇ ਜ਼ਿਰਾਂ ਔਰ ਘੋੜਿਆਂ ਦੀ ਜ਼ਰੂਰਤ ਹੈ। ਅਤੇ ਉਸੇ ਵਕਤ ਹਜ਼ਰਤ ਅਬਦੁਲ ਰਹਿਮਾਨ ਬਿਨ ਆਉਫ ਅੰਦਰ ਗਏ, ਘਰ ਗਏ, ਅਤੇ ਉਹਨਾਂ ਕੋਲ ਦੋ ਸਿੱਕੇ ਟੈਪ ਬਣੇ ਹੋਏ ਸਨ, ਉਹ ਸੋਨੇ ਦੇ, ਪੂਰੀਆਂ ਦੋ ਬੋਰੀਆਂ ਘਰੋਂ ਕੱਢੀਆਂ, ਲਿਆ ਕੇ ਹਜ਼ੂਰ ਦੀ ਖਿਦਮਤ 'ਚ ਪੇਸ਼ ਕੀਤੀਆਂ। ਅਰਜ਼ ਕੀਤੀ ਯਾ ਰਸੂਲੁੱਲਾਹ ਲੈ ਲਓ। ਹਜ਼ਰਤ ਉਮਰ ਨੇ ਜਦੋਂ ਵੇਖਿਆ ਨਾ, ਸਰਕਾਰ ਅੱਗੇ ਹੱਥ ਜੋੜ ਕੇ ਅਰਜ਼ ਕੀਤੀ, ਯਾ ਰਸੂਲੁੱਲਾਹ ਮੈਨੂੰ ਪਤਾ ਇਹ ਘਰ ਕੁਝ ਵੀ ਨਹੀਂ ਜੇ ਛੱਡ ਕੇ ਆਇਆ, ਸਾਰਾ ਕੁਝ ਲੈ ਆਇਆ। ਅਤੇ ਹਜ਼ਰਤ ਅਬਦੁਲ ਰਹਿਮਾਨ ਨੂੰ ਸਰਕਾਰ ਨੇ ਫਰਮਾਇਆ, ਅਬਦੁਲ ਰਹਿਮਾਨ ਬਿਨ ਆਉਫ ਇਹੀ ਗੱਲ ਏ। ਅਤੇ ਆਪ ਨੇ ਫਰਮਾਇਆ, ਯਾਰ ਅਰਜ਼ ਕੀਤੀ ਯਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਮਾਂ ਬਾਪ ਤੁਹਾਡੇ ਤੋਂ ਕੁਰਬਾਨ ਜਾਣ, ਤੁਸਾਂ ਮੈਨੂੰ ਕਿਹਾ ਅੱਲਾਹ ਦੀ ਰਾਹ 'ਤੇ ਦੇ, ਅੱਲਾਹ ਹੋਰ ਦੇਗਾ, ਅਤੇ ਮੈਨੂੰ ਪਤਾ ਅੱਲਾਹ ਦੇਗਾ, ਤੁਹਾਡੀ ਮੂੰਹੋਂ ਜ਼ੁਬਾਨੋਂ ਜਿਹੜਾ ਗੱਲ ਨਿਕਲ ਆਵੇ ਰੱਬ ਪੂਰੀ ਨਾ ਕਰੇ, ਕਿਵੇਂ ਹੋ ਸਕਦਾ? ਹਜ਼ਰਤ ਅਬਦੁਲ ਰਹਿਮਾਨ ਬਿਨ ਆਉਫ ਕਹਿਣ ਲੱਗੇ, ਮੈਨੂੰ ਅੱਲਾਹ 'ਤੇ, ਅੱਲਾਹ ਦੇ ਰਸੂਲ 'ਤੇ ਇਮਾਨ ਔਰ ਅਕੀਦਾ। ਉੱਠ ਕੇ ਘਰ ਗਏ, ਚਾਰ ਬੋਰੀਆਂ ਪਈਆਂ ਸਨ, ਦਿੱਤੀਆਂ ਕਿੰਨੀਆਂ? ਦੋ, ਅਤੇ ਮਿਲੀਆਂ ਕਿੰਨੀਆਂ? ਚਾਰ। ਇਹ ਬਸ ਓਲਾ ਹੀ ਹੁੰਦਾ ਹੈ ਜੀ, ਮੈਂ 10 ਰੁਪਈਏ ਲੱਗਾਂ ਦੇਣ, ਉਹ ਵੀ ਜਿਹਦਾ ਬਾਬਾ ਕਾਇਦੇ ਆਜ਼ਮ ਦੀ ਤੋਂ ਟੋਪੀ ਉੱਡੀ ਏ, ਇਹ ਅੱਲਾਹ ਦੇ ਘਰ ਵਿੱਚ ਦੇਣਾ, ਅੱਲਾਹ ਦੀ ਰਾਹ ਵਿੱਚ ਦੇਣਾ। ਲੇਕਿਨ ਮੇਰੇ ਬਾਈਓ, ਖੁਦਾ ਦੀ ਕਸਮ ਹੈ, ਪੈਸਾ ਉਹ ਹੀ ਦਵਿਆ ਕਰੋ ਕਿ ਜਿਹੜਾ ਖਾਲੀ ਸਤਨ ਅੱਲਾਹ ਦੀ ਰਜ਼ਾ ਦੀ ਖਾਤਰ ਕਮਾਇਆ ਹੋਵੇ, ਫਿਰ ਉਹ ਕਮਾ ਕੇ ਦੇ ਲੰਘਿਆ। ਪਤਾ ਕੀ ਕਿਹਾ ਕਰੋ, ਯਾ ਅੱਲਾਹ ਇਹ ਤੂੰ ਦਿੱਤਾ ਸੀ, ਤੈਨੂੰ ਦੇ ਲਵਾਂ, ਡਬਲ ਕਰਕੇ ਮੈਨੂੰ ਦੇ ਦੇ। ਇਹ ਇਮਾਨ ਔਰ ਅਕੀਦਾ ਰੱਖਿਆ ਕਰੋ। ਤੋ ਮੇਰੇ ਬਾਈਓ, ਤੁਸਾਂ ਅਲਹਮਦੁਲਿਲਾ, ਸੁਮਾ ਅਲਹਮਦੁਲਿਲਾ।